ਬੋਲੇ ਟੀਨ ਵਾਲਾ ਉਰੇ ਉਰੇ ਨੇੜੇ ਤਾਂ ਨਹੀਂ ਆਫਿਸ ਆ ਜਿਹੜਾ ਬੋਲੇ ਟੀਨ ਵਾਲਾ ਹੁੰਦਾ ਸੋਸ਼ਲ ਮੀਡੀਆ ਵਾਲਾ ਦੇਖੋ ਹੁਣ ਤੱਕ ਆਪਾਂ ਸਿੱਖਿਆ ਹੈਗਾ ਜੀ ਸਪੋਰਟ ਔਰ ਰੈਜ਼ਿਸਟੈਂਸ। ਹਾਂਜੀ ਸਪੋਰਟ ਕਿਹਾ ਜਾਂਦਾ ਅਗਰ ਪ੍ਰਾਈਜ਼ ਮੰਨ ਕੇ ਚੱਲੋ 1000 ਰੁਪਏ 'ਤੇ ਹੈਗਾ ਪ੍ਰਾਈਜ਼ ਵੱਧਦਾ ਵੱਧਦਾ 1500 ਤੱਕ ਚਲੇ ਜਾਂਦਾ ਹੈਗਾ ਔਰ ਇੱਥੋਂ ਦੀ ਫੇਰ ਸੈਲਰੀ ਨੂੰ ਥੱਲੇ ਗਿਰਾਉਂਦੇ ਆ ਅਤੇ ਇਹ ਇੱਕ ਰੈਜ਼ਿਸਟੈਂਸ ਬਣ ਜਾਂਦੀ ਹੈ ਔਰ ਪ੍ਰਾਈਜ਼ ਨੀਚੇ ਆਉਂਦਾ ਮੰਨ ਕੇ ਚੱਲੋ 800 ਤੱਕ ਆ ਜਾਂਦਾ ਔਰ ਬਾਇਰ ਇਹਨੂੰ ਫਿਰ ਉੱਪਰ ਜ਼ੋਰ ਲਗਾਉਂਦੇ ਹੈਗੇ ਆ ਤਾਂ ਇਸ ਜਗ੍ਹਾ ਤੋਂ ਇਹਨੂੰ ਸਪੋਰਟ ਕਿਹਾ ਜਾਂਦਾ ਹੈਗਾ। ਠੀਕ ਹੈ ਜੀ, ਅੱਜ ਅਸੀਂ ਪਹਿਲਾਂ ਪੜ੍ਹਾਂਗੇ ਜੀ ਸਪੋਰਟ ਰਿਸ਼ਤੇ ਤਾਂ ਕਲੀਅਰ ਹੋ ਗਿਆ ਨਾ। ਹਾਂਜੀ ਅੱਗੇ ਜੀ ਸਪੋਰਟ ਰਿਸ਼ਤੇ ਤਾਂ ਕਲੀਅਰ ਹੈ। ਹੁਣ ਡਿਪੈਂਡ ਕਰਦਾ ਹੈਗਾ ਕਿ ਸਪੋਰਟ ਔਰ ਰੈਜ਼ਿਸਟੈਂਸ ਕਿਹੜੇ ਟਾਈਮ ਫਰੇਮ 'ਚ ਆਪਾਂ ਦੇਖਦੇ ਪਏ ਹਾਂ। ਠੀਕ ਹੈ, ਅਗਰ 5 ਮਿੰਟ ਦੇ ਟਾਈਮ ਫਰੇਮ 'ਚ ਦੇਖ ਰਹੇ ਹਾਂ ਤਾਂ ਸੇਮ ਇਹੀ ਵੈਲਿਡ 5 ਮਿੰਟ 'ਚ ਰਹੇਗੀ। ਅਗਰ 15 ਮਿੰਟ 'ਚ ਦੇਖ ਰਹੇ ਹਾਂ ਤਾਂ ਇਹੀ ਚੀਜ਼ 15 ਮਿੰਟ 'ਚ ਵੈਲਿਡ ਰਹੇਗੀ। ਅਗਰ 1 ਘੰਟੇ ਦੇਖ ਰਹੇ ਹਾਂ ਤਾਂ 1 ਘੰਟੇ ਵਾਲੀ 'ਚ ਵੈਲਿਡ ਰਹੇਗੀ। ਠੀਕ ਹੈ, ਔਰ ਅਗਰ 1 ਡੇ 'ਚ ਦੇਖ ਰਹੇ ਹਾਂ ਤਾਂ 1 ਦਿਨ 'ਚ ਰਹੇਗੀ। ਬਟ ਡਿਪੈਂਡ ਕਰਦਾ ਹੈਗਾ ਹੁਣ ਆਪਾਂ ਕਿੰਨੇ ਵੱਡੇ ਟਾਈਮ ਫਰੇਮ 'ਚ ਦੇਖ ਰਹੇ ਹਾਂ। ਨਹੀਂ ਮੰਨ ਕੇ ਚੱਲੋ ਅਗਰ ਹੁਣ ਤੁਸੀਂ ਆਪਾਂ ਲਾਈਵ 5 ਮਿੰਟ ਦੇ ਵਿੱਚ ਚੱਲਦੇ ਹਾਂ, ਦੇਖੋ ਦੇਖੋ ਟਾਈਮ ਫਰੇਮ ਨੂੰ ਆਪਾਂ ਕਰ ਲੈਂਦੇ ਹਾਂ 5 ਮਿੰਟ ਦਾ। ਇੱਥੋਂ ਦੇਖੋ ਹੁਣ ਅਸੀਂ ਟਾਈਮ ਫਰੇਮ ਕਰ ਲਿਆ 5 ਮਿੰਟ ਦਾ ਤਾਂ 1 ਕੈਂਡਲ 5-5 ਮਿੰਟ ਦੀ ਬਣ ਰਹੀ ਹੈ। ਠੀਕ ਹੈ ਜੀ, ਹੁਣ ਤੁਸੀਂ ਦੇਖੋ ਪ੍ਰਾਈਜ਼ ਜਿਹੜਾ ਹੈਗਾ ਇੱਥੋਂ ਦੀ ਸਪੋਰਟ ਲੈ ਕੇ ਉੱਪਰ ਗਿਆ ਹੋਇਆ। ਹਾਂਜੀ, ਇੱਥੋਂ ਦੀ ਸਪੋਰਟ ਲੈ ਕੇ ਉੱਪਰ ਗਿਆ ਹੋਇਆ, ਇੱਥੋਂ ਸਪੋਰਟ ਲੈ ਕੇ ਨੀਚੇ ਆਇਆ ਹੋਇਆ। ਠੀਕ ਹੈ ਜੀ, ਇਹ ਹੈਗੀ ਹੁਣ 5 ਮਿੰਟ ਦੀ ਸਪੋਰਟ ਰੈਜ਼ਿਸਟੈਂਸ। ਠੀਕ ਹੈ, ਹੁਣ ਜੇ ਟਾਈਮ ਫਰੇਮ ਨੂੰ ਮੈਂ 15 ਮਿੰਟ ਦਾ ਕਰ ਲੈਂਦਾ ਤਾਂ ਹੁਣ ਸਪੋਰਟ ਰੈਜ਼ਿਸਟੈਂਸ ਕਿੰਨੇ ਮਿੰਟ ਦੀ ਬਣ ਰਹੀ ਹੈ? 15 ਮਿੰਟ ਦੀ। ਠੀਕ ਹੈ ਜੀ, ਹੁਣ ਅਗਰ ਟਾਈਮ ਫਰੇਮ ਨੂੰ ਮੈਂ 1 ਘੰਟੇ ਦਾ ਕਰ ਲੈਂਦਾ ਤਾਂ ਹੁਣ ਜਿਹੜੀ ਸਪੋਰਟ ਰੈਜ਼ਿਸਟੈਂਸ ਉਹ ਕਿੰਨੇ ਮਿੰਟ ਦੀ ਬਣ ਰਹੀ ਹੈ? 1 ਮਿੰਟ ਦੀ, 1 ਘੰਟੇ ਦੀ। ਠੀਕ ਹੈ ਜੀ, ਹੁਣ ਅਗਰ ਟਾਈਮ ਫਰੇਮ ਨੂੰ ਆਪਾਂ ਹੋਰ ਵਧਾ ਲਿੱਤਾ ਜਾਵੇ, 1 ਦਿਨ ਦਾ ਕਰ ਲਿੱਤਾ ਜਾਵੇ ਤਾਂ ਹੁਣ 1 ਕੈਂਡਲ 1 ਦਿਨ ਦੀ ਬਣ ਰਹੀ ਪਈ ਹੈ। ਠੀਕ ਹੈ ਜੀ, ਹੁਣ ਤੁਸੀਂ ਦੇਖੋ ਪ੍ਰਾਈਜ਼ ਇੱਥੋਂ ਥੱਲੇ ਗਿਰਿਆ ਹੋਇਆ, ਇੱਥੋਂ ਉੱਪਰ ਚੜਿਆ ਹੋਇਆ, ਵਿੱਚ ਦੀ ਇੱਥੋਂ ਵੀ ਉੱਪਰ ਚੜਿਆ ਹੋਇਆ ਹੈਗਾ। ਠੀਕ ਹੈ, ਹੁਣ ਇਹ 1-1 ਦਿਨ ਦੀ ਕੈਂਡਲਾਂ ਹੈਗੀਆਂ ਤਾਂ ਹੁਣ ਜਦੋਂ ਪ੍ਰਾਈਜ਼ ਨੇ 1 ਦਿਨ ਦੇ ਹਿਸਾਬ ਨਾਲ ਤੁਸੀਂ ਟਾਈਮ ਫਰੇਮ ਨੂੰ ਦੇਖ ਰਹੇ ਹੋ ਤਾਂ ਇੱਟ ਮੀਨ ਜਿਹੜੀ ਇਹ ਸਪੋਰਟ ਰੈਜ਼ਿਸਟੈਂਸ ਹੈਗੀ ਹੈ, ਹੁਣ ਇਹਦੇ ਵਿੱਚ ਹੋ ਸਕਦਾ ਪ੍ਰਾਈਜ਼ ਉੱਥੇ 1 ਵਾਰੀ ਰੀਟੇਕ ਕਰਨ ਆਇਆ, 2 ਵਾਰੀ ਆਇਆ, 3 ਵਾਰੀ ਆਇਆ, ਕੁਛ ਕਹਿ ਨਹੀਂ ਸਕਦੇ, ਉਹ ਤਾਂ ਆਪਾਂ ਨੂੰ 5-5 ਮਿੰਟ ਦੀਆਂ ਕੈਂਡਲਾਂ ਦੱਸਣਗੀਆਂ। ਠੀਕ ਹੈ, ਪਰ ਵੱਡਾ ਟਾਈਮ ਫਰੇਮ ਸਾਨੂੰ ਕੀ ਦੱਸ ਰਿਹਾ ਕਿ ਪ੍ਰਾਈਜ਼ ਇੱਥੋਂ ਦੀ ਉੱਪਰ ਚੜਿਆ ਹੈਗਾ,
ਪ੍ਰਾਈਜ਼ ਇੱਥੋਂ ਦੀ ਉੱਪਰ ਚੜਿਆ ਹੈਗਾ ਤਾਂ ਸਾਡੇ ਲਈ ਇਹ ਕੀ ਹੈਗੀ ਹੈ ਇੱਕ ਸਪੋਰਟ ਦਾ ਕੰਮ ਕਰੇਗੀ ਇਹ ਔਰ ਇਹ ਮੇਰੇ ਲਈ ਇੱਕ ਰਿਸਟੈਂਸ ਦਾ ਕੰਮ ਕਰੇਗੀ ਠੀਕ ਹੈ ਇੱਦਾਂ ਹੀ ਹੁਣ ਵਿੱਚ ਕਿੰਨੀ ਅੱਗੇ ਕਿਹੜੀ ਰਿਸਟੈਂਸ ਬਣੀ ਹੈ ਇਸ ਤੋਂ ਬਾਅਦ ਮੰਨ ਕੇ ਚੱਲੋ ਮੈਂ ਕਹਿੰਦਾ ਆਹ ਰਿਸਟੈਂਸ ਬਣੀ ਹੈ ਇਸ ਤੋਂ ਬਾਅਦ ਕਿਹੜੀ ਰਿਸਟੈਂਸ ਬਣੀ ਹੈ ਆਹ ਰਿਸਟੈਂਸ ਬਣੀ ਹੈ ਠੀਕ ਹੈ ਇਸ ਤਰ੍ਹਾਂ ਹੀ ਹੁਣ ਅਗਰ ਆਪਾਂ ਨੇਚਰ ਨੂੰ ਦੇਖੀਏ ਤਾਂ ਬਹੁਤ ਸਾਰੀਆਂ ਸਪੋਰਟਾਂ ਵੀ ਬਣੀਆਂ ਹੋਈਆਂ ਜਿਵੇਂ ਕਿ ਆਹ ਦੇਖੋ ਇੱਥੇ ਸਪੋਰਟ ਬਣੀ ਹੈ ਠੀਕ ਹੈ ਇਸ ਤੋਂ ਬਾਅਦ ਆਪਾਂ ਹੋਰ ਗੱਲ ਕਰੀਏ ਇੱਥੇ ਸਪੋਰਟ ਬਣੀ ਹੈ ਠੀਕ ਹੈ ਜੀ ਤਾਂ ਅੱਜ ਫਿਲਹਾਲ ਤਾਂ ਪਹਿਲਾਂ ਤਾਂ ਆਪਾਂ ਆਹ ਸਿੱਖਿਆ ਕਿ ਪਰਟੀਕੁਲਰ ਇੱਕ ਕੋਈ ਪੁਆਇੰਟ ਨਹੀਂ ਹੈਗਾ ਜਿੱਥੋਂ ਪ੍ਰਾਈਜ਼ ਨੇ ਮੁੜਨਾ ਹੈਗਾ ਠੀਕ ਹੈ ਉਹ ਇੱਕ ਜ਼ੋਨ ਹੈ ਠੀਕ ਹੈ ਜੀ ਇੱਕ ਜ਼ੋਨ ਹੈ ਅੱਜ ਆਪਾਂ ਇਸ ਜ਼ੋਨ ਬਾਰੇ ਗੱਲ ਕਰਾਂਗੇ ਇਸ ਜ਼ੋਨ ਨੂੰ ਡਰਾ ਕਿੱਦਾਂ ਕੀਤਾ ਜਾਂਦਾ ਹੈਗਾ ਠੀਕ ਹੈ ਜੀ ਹਜੇ ਤੱਕ ਆਪਾਂ ਜਿਹੜੀ ਪੜ੍ਹੀ ਹੈ ਉਹ ਸਿੰਪਲ ਪੜ੍ਹੀ ਹੈਗੀ ਹੈ ਸਪੋਰਟ ਔਰ ਰਿਸਿਸਟੈਂਸ ਅੱਜ ਆਪਾਂ ਪੜ੍ਹਾਂਗੇ ਸਿੰਪਲ ਨੂੰ ਆਪਾਂ ਨੋਰਮਲ ਵੀ ਕਹਿ ਦਿੰਦੇ ਹਾਂ ਅੱਜ ਅਸੀਂ ਪੜ੍ਹਨੀ ਹੈ ਨੋਰਮਲ ਤੋਂ ਐਡਵਾਂਸ ਐਡਵਾਂਸ ਤੋਂ ਸੁਪਰ ਐਡਵਾਂਸ ਠੀਕ ਹੈ ਜੀ ਅੱਜ ਆਪਾਂ ਇਸ ਸਾਰੇ ਚੈਪਟਰ ਅੱਜ ਵਾਲੀ ਕਲਾਸ 'ਚ ਕਲੀਅਰ ਕਰਾਂਗੇ ਬਹੁਤ ਸੌਖੇ ਹੈਗੇ ਹੈ ਪਰ ਇਹਦੇ ਲਈ ਸਾਨੂੰ ਪਹਿਲਾਂ ਜਿਹੜੀ ਬੇਸਿਕ ਸਪੋਰਟ ਰੈਜ਼ਿਸਟੈਂਸ ਹੈ ਇਹ ਲਗਾਉਣੀ ਆਉਣੀ ਚਾਹੀਦੀ ਹੈ ਠੀਕ ਹੈ ਇਹ ਆਪਾਂ ਕਿਸ ਤਰ੍ਹਾਂ ਲਗਾਉਣੀ ਹੈ ਹੁਣ ਤੁਹਾਨੂੰ ਮੈਂ ਲਾਈਵ ਦੱਸ ਹੀ ਦਿੱਤਾ ਹੈਗਾ ਕਿ ਅਗਰ ਤੁਸੀਂ 5 ਮਿੰਟ ਦੇ ਵਿੱਚ ਟ੍ਰੇਡਿੰਗ ਕਰਨੀ ਹੈ ਤਾਂ ਅਸੀਂ ਅੱਜ ਦੀ ਔਰ ਕੱਲ੍ਹ ਦੀ ਸੋਰੀ ਅਗਰ ਅਸੀਂ 3 ਮਿੰਟ ਦੇ ਵਿੱਚ ਟ੍ਰੇਡਿੰਗ ਕਰਨੀ ਹੈ ਤਾਂ ਅਸੀਂ ਅੱਜ ਅਸੀਂ 5 ਮਿੰਟ ਵਾਲੀਆਂ ਸਾਰੀਆਂ ਸਪੋਰਟ ਰਜਿਸਟਰਾਂ ਅੱਜ ਦੀਆਂ ਮਾਰਕ ਕਰਨੀਆਂ ਅਗਰ ਅਸੀਂ 5 ਮਿੰਟ ਦੇ ਵਿੱਚ ਟ੍ਰੇਡਿੰਗ ਕਰਨੀ ਹੈ ਅਸੀਂ ਅੱਜ ਦੀ ਔਰ ਕੱਲ੍ਹ ਦੀ ਠੀਕ ਹੈ ਜੀ ਅਗਰ ਅਸੀਂ 15 ਮਿੰਟ ਦੇ ਵਿੱਚ ਟ੍ਰੇਡਿੰਗ ਕਰਨੀ ਹੈ ਫਿਰ ਅੱਜ ਦੀ ਕੱਲ੍ਹ ਦੀ ਅਤੇ ਪਰਸੋਂ ਦੀ ਠੀਕ ਹੈ ਜੀ ਇਹ 3 ਦਿਨਾਂ ਦੀਆਂ ਅਸੀਂ ਸਾਰੀਆਂ ਸਪੋਰਟ ਰਜਿਸਟਰਾਂ ਮਾਰਕ ਕਰਨੀਆਂ ਕਿੰਨੇ ਟਾਈਮ ਫਰੇਮ ਦੀਆਂ 15 ਮਿੰਟ ਵਾਲੀਆਂ ਠੀਕ ਹੈ ਜੀ ਹੁਣ ਅਗਰ ਅਸੀਂ ਦਿਨ ਦੇ ਵਿੱਚ ਟ੍ਰੇਡਿੰਗ ਕਰਨੀ ਹੈ ਜਾਂ 1 ਘੰਟੇ 'ਤੇ ਟ੍ਰੇਡਿੰਗ ਕਰਨੀ ਹੈ ਤਾਂ ਅਸੀਂ 1 ਦਿਨ ਵਾਲੀਆਂ ਸਾਰੀਆਂ ਪਿਛਲੀਆਂ ਮਾਰਕ ਕਰਾਂਗੇ ਔਰ ਅਗਰ ਅਸੀਂ 1 ਦਿਨ ਦੇ ਵਿੱਚ ਟ੍ਰੇਡਿੰਗ ਕਰਨੀ ਹੈ ਤਾਂ ਅਸੀਂ 1 ਵੀਕ ਦੇ ਵਿੱਚ ਸਾਰੀਆਂ ਮਾਰਕ ਕਰਾਂਗੇ ਠੀਕ ਹੈ ਜੀ 1 ਵੀਕ ਦੀਆਂ ਮਤਲਬ ਇਸੇ ਮਹੀਨੇ ਦੀਆਂ ਅਗਰ ਅੱਜ 1 ਤਰੀਕ ਹੈਗੀ ਤਾਂ ਪਿਛਲੇ ਮਹੀਨੇ ਦੀਆਂ ਠੀਕ ਹੈ ਅਗਰ 1 ਦਿਨ 'ਚ ਕਰ ਰਿਹਾ ਤਾਂ 1 ਵੀਕ ਦੀਆਂ ਵੀਕ ਦੀਆਂ ਕਿੰਨੀਆਂ 4 ਹੀ ਬਣਨਗੀਆਂ ਠੀਕ ਹੈ ਜੀ ਤਾਂ ਜਦੋਂ ਅਸੀਂ ਇਹ ਮਾਰਕ ਕਰ ਲੈਣੀਆਂ ਹੈਗੀਆਂ ਅਗਰ ਅਸੀਂ 3 ਮਿੰਟ ਦੇ ਵਿੱਚ ਕਰ ਰਹੇ ਹਾਂ ਤਾਂ 5 ਮਿੰਟ ਦੀ 5 ਮਿੰਟ ਦੀ ਕਿਹੜੇ ਸਿਰਫ ਅੱਜ ਦੀ ਠੀਕ ਹੈ ਅਗਰ 5 ਮਿੰਟ ਦੇ ਵਿੱਚ ਕਰ ਰਹੇ ਹਾਂ ਤਾਂ ਟੂਡੇ ਔਰ ਅੱਜ ਦੀ ਔਰ ਪਿਛਲੇ ਦਿਨ ਦੀ ਅਗਰ 15 ਮਿੰਟ 'ਚ ਦੇਖ ਰਹੇ ਹਾਂ ਤਾਂ 1 ਦਿਨ ਦੀ ਮਤਲਬ ਅੱਜ ਦੀ ਕੱਲ੍ਹ ਦੀ ਅਤੇ ਪਰਸੋਂ ਦੀ ਠੀਕ ਹੈ ਇੱਥੇ ਕਲੀਅਰ ਹੋ ਗਿਆ ਜੀ ਜੀ
ਹਾਂ ਇੱਕ ਮਿੰਟ ਤੁਹਾਨੂੰ ਮੈਂ ਹੁਣੇ ਅੱਜ ਦੀ ਲਾਈਵ ਕਲਾਸ ਲੈ ਕੇ ਚੱਲਦਾ ਹੈਗਾ, ਹੁਣ ਤੁਸੀਂ ਇਹਦੇ ਵਿੱਚੋਂ ਥੋੜ੍ਹਾ ਜਿਹਾ ਅੰਡਰਸਟੈਂਡ ਕਰ ਦੋਗੇ। ਦੇਖੋ ਇਹ ਅੱਜ ਦਾ ਚਾਰਟ ਹੈ, ਅੱਜ ਦਾ ਚਾਰਟ ਹੈ, ਲਾਈਵ ਮਾਰਕੀਟ ਇੱਥੇ ਚੱਲਦੀ ਪਈ ਹੈ ਇਸ ਜਗ੍ਹਾ 'ਤੇ, ਠੀਕ ਹੈ ਜੀ। ਹੁਣ ਮੈਂ ਕਹਿੰਦਾ ਕਿ ਅਗਰ ਮੈਂ ਅੱਜ ਦੀਆਂ ਸਪੋਰਟ ਡਿਸਟੈਂਸ ਮਾਰਕ ਕਰਨੀ ਹੈਗੀ ਹੈ, ਮੈਂ ਕਿ ਅੱਜ 5 ਮਿੰਟ ਦੇ ਵਿੱਚ ਕੰਮ ਕਰਨਾ ਹੈ ਤਾਂ 11 ਵੱਜ ਚੁੱਕੇ ਹੈ, ਠੀਕ ਹੈ, ਮੈਂ 5 ਮਿੰਟ ਦਾ ਟਾਈਮ ਫਰੇਮ ਲਗਾ ਦੇਣਾ ਇੱਥੇ, ਠੀਕ ਹੈ ਜੀ। ਹੁਣ 5 ਮਿੰਟ ਦਾ ਦੇਖੋ ਛੋਟਾ ਜਿਹਾ ਟਾਈਮ ਫਰੇਮ ਬਣਿਆ ਹੈਗਾ ਅੱਜ ਵਾਸਤੇ ਹੀ ਆਹ ਵਾਲਾ, ਤਾਂ ਅੱਜ ਤੁਸੀਂ ਦੇਖੋ ਪ੍ਰਾਈਸ ਕੀ ਹੋਇਆ, ਇੱਥੋਂ ਦੀ ਥੱਲੇ ਡਿੱਗਿਆ, ਇੱਥੋਂ ਦੀ ਉੱਪਰ ਚੜਿਆ, ਇੱਕ ਇੱਥੋਂ ਦੀ ਉੱਪਰ ਚੜਿਆ ਸੀ, ਬਸ ਜੀ ਮੈਨੂੰ ਹੋਰ ਕੁਛ ਨਹੀਂ ਚਾਹੀਦਾ, ਠੀਕ ਹੈ ਜੀ। ਮੈਨੂੰ ਅੱਜ ਵਾਸਤੇ ਸਪੋਰਟ ਰੈਜ਼ਿਸਟੈਂਸ ਆ ਮਿਲ ਗਈਆਂ ਹੋਈਆਂ ਜੀ, ਜੋ ਕਿਵੇਂ ਮਿਲੀਆਂ ਹੁਣ ਜਿੱਦਾਂ ਆਪਾਂ ਸਪੋਰਟ ਹੈ ਉਹਦੀ ਤਾਂ ਨਹੀਂ, ਦੇਖੋ 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 ਇੱਥੋਂ ਪ੍ਰਾਈਸ ਉੱਪਰ ਚੜ ਰਿਹਾ, ਕਰਵ ਲੈ ਕੇ ਉੱਪਰ ਚਲਾ ਗਿਆ, ਹਾਂਜੀ ਇਹ ਕੀ ਹੈ ਕਿ ਇਹ ਸਪੋਰਟ ਹੈ, ਹਾਂਜੀ ਆ ਉੱਪਰੋਂ ਪ੍ਰਾਈਸ ਥੱਲੇ ਡਿੱਗਿਆ, ਹਾਂਜੀ ਆ ਦੇਖੋ ਪਹਿਲਾਂ ਗ੍ਰੀਨ ਦਾ ਗ੍ਰੀਨ ਬਣਾਈ ਉਸ ਤੋਂ ਰੈੱਡ ਬਣਾਈ, ਹਾਂਜੀ ਤਾਂ ਜਦੋਂ ਇੱਥੋਂ ਪ੍ਰਾਈਸ ਡਿੱਗਿਆ ਅਸੀਂ ਕਿਹੜਾ ਮਾਰਕ ਕਰਨਾ ਹੁੰਦਾ, ਜਿਹੜਾ ਹਾਈ ਪੁਆਇੰਟ ਹੁੰਦਾ, ਹਾਈ ਇਹ ਦੋਨੋਂ ਕੈਂਡਲਾਂ 'ਚ ਕਿਹਦਾ ਹਾਈ ਹੈ, ਆਹ ਵਾਲੀ ਕੈਂਡਲ ਦਾ ਹਾਈ ਹੈ, ਠੀਕ ਹੈ ਆਪਾਂ ਇਹ ਵਾਲਾ ਮਾਰਕ ਕਰ ਲਿਆ। ਇਸ ਤੋਂ ਬਾਅਦ ਪ੍ਰਾਈਸ ਥੱਲੇ ਡਿੱਗਿਆ, ਜਦੋਂ ਪ੍ਰਾਈਸ ਥੱਲੇ ਡਿੱਗਿਆ ਡਿੱਗਦਾ ਡਿੱਗਦਾ ਕਿੱਥੇ ਤੱਕ ਆ ਗਿਆ, ਇੱਥੇ ਤੱਕ, ਹਾਂਜੀ ਤਾਂ ਇਹ ਦੋਨਾਂ ਦੇ ਵਿੱਚੋਂ ਲੋ ਕੈਂਡਲ ਕਿਹਦਾ ਜ਼ਿਆਦਾ ਲੋ ਹੈਗਾ, ਗ੍ਰੀਨ ਵਾਲੀ ਕੈਂਡਲ ਜ਼ਿਆਦਾ ਲੋ 'ਤੇ ਹੈਗੀ ਹੈ, ਆਪਾਂ ਇਹਦਾ ਲੋ ਪੁਆਇੰਟ ਮਾਰਕ ਕਰ ਲਿਆ। ਨਹੀਂ ਨਹੀਂ ਦੇਖੋ ਦੋ ਹੋਏਗੀ ਉਹ ਵੈਲਿਡ ਤਾਂ ਮੰਨੀ ਜਾਣੀ ਹੈ ਜਦੋਂ ਪ੍ਰਾਈਸ ਉਸ ਜਗ੍ਹਾ ਤੇ ਦੁਬਾਰਾ ਆਏਗਾ। ਹਾਂਜੀ ਫਿਰ ਇਹ ਕੱਚੀਆਂ ਵਾਲੀਆਂ ਹੈ। ਜੀ ਬਿਲਕੁਲ ਇਹ ਕੱਚੀਆਂ ਵਾਲੀਆਂ ਹੈਗੀਆਂ, ਪਰ ਹੈ ਤਾਂ ਸਪੋਰਟ ਰੈਜ਼ਿਸਟੈਂਸ ਹੈਗੀਆਂ ਨਾ। ਹਾਂਜੀ 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 ਜੀ ਆਪਾਂ ਇਹਨੂੰ ਮੰਨਾਂਗੇ ਨਹੀਂ, ਅਗਲੀ ਵਾਰੀ ਜਦੋਂ 2 ਵਾਰੀ ਆਊਗਾ ਉਹਨੂੰ ਮੰਨਾਂਗੇ, ਤਾਂ ਤਦ ਤੱਕ ਤਾਂ ਬਹੁਤ ਡਿਲੇ ਹੋ ਜਾਏਗੀ ਨਾ। ਜੀ ਜੀ ਜਿੱਥੋਂ ਪ੍ਰਾਈਸ ਘੁੰਮਿਆ ਹੈਗਾ ਉਹ ਸਾਡੇ ਲਈ ਸਪੋਰਟ ਹੈਗੀ ਹੈ, ਜਿੱਥੋਂ ਪ੍ਰਾਈਸ ਉੱਪਰੋਂ ਘੁੰਮਿਆ ਸਾਡੇ ਲਈ ਰੈਜ਼ਿਸਟੈਂਸ ਹੈਗੀ ਹੈ, ਇਹ ਚੀਜ਼ ਤਾਂ ਪਹਿਲਾਂ ਮੰਨਣੀ ਹੀ ਮੰਨਣੀ ਹੈ ਜੀ। ਠੀਕ ਹੈ ਜੀ। ਹੁਣ ਇਹੀ ਕੰਮ ਅਗਰ ਮੈਂ 15 ਮਿੰਟ ਦੇ ਵਿੱਚ ਕਰ ਰਿਹਾ, 5 ਦੀ ਬਜਾਏ 15 ਮਿੰਟ ਦੇ ਵਿੱਚ ਕਰ ਰਿਹਾ, ਤਾਂ ਮੈਂ ਤੁਹਾਨੂੰ ਕਿਹਾ ਮੈਂ ਅੱਜ ਦੀ ਔਰ ਕੱਲ੍ਹ ਦੀ 2 ਦਿਨਾਂ ਦੀ ਸਪੋਰਟ ਰੈਜ਼ਿਸਟੈਂਸ ਮਾਰਕ ਕਰਾਂਗਾ। ਹਾਂਜੀ ਠੀਕ ਹੈ। ਤਾਂ 15 ਮਿੰਟ 'ਚ ਦੇਖੋ ਪ੍ਰਾਈਸ ਇੱਥੋਂ ਟਰਨ ਕਰਕੇ ਉੱਪਰ ਗਿਆ, ਇੱਥੋਂ ਦੇਖੋ ਉਹ ਅਲੱਗ ਗੱਲ ਹੈ, 5 ਔਰ 15 ਦੀ ਸੇਮ ਹੀ ਆ ਗਈ ਹੈ। ਠੀਕ ਹੈ, ਕਿਉਂਕਿ ਇਸ ਤਰ੍ਹਾਂ ਦਾ ਕੋਈ ਜ਼ਰੂਰੀ ਨਹੀਂ ਹੈਗੀ 5 ਔਰ 15 ਦੀ ਜਾਂ ਦਿਨ ਦੀ ਜਾਂ ਵੀਕ ਦੀ ਸੇਮ ਨਹੀਂ ਹੋ ਸਕਦੀ, ਹੋ ਸਕਦੀ ਹੈ ਜੀ ਉਹ। ਠੀਕ ਹੈ, ਇੱਥੋਂ ਪ੍ਰਾਈਸ ਉੱਪਰ ਗਿਆ ਹੈਗਾ, ਹੁਣ ਇੱਥੋਂ ਪ੍ਰਾਈਸ ਥੱਲੇ ਗਿਆ ਹੈਗਾ, ਦੇਖੋ ਕਿਉਂਕਿ ਇਹਨੇ ਪ੍ਰਾਈਸ ਨੇ ਇੱਥੋਂ ਦੀ ਰੈੱਡ ਕੈਂਡਲ ਬਣਾਈ ਹੈ, ਤਾਂ ਮੈਂ ਦੋਨਾਂ 'ਚੋਂ ਹਾਈ ਪੁਆਇੰਟ ਲੈਣਾ ਸੀ, ਹਾਈ ਮੈਨੂੰ ਗ੍ਰੀਨ ਕੈਂਡਲ ਦਾ ਹੀ ਮਿਲਿਆ ਹੈਗਾ। ਠੀਕ ਹੈ, ਹੁਣ ਅਗਰ ਮੈਂ ਇਸ ਤੋਂ ਪਿੱਛੇ ਅੱਜ ਦੇ ਦਿਨ ਤੋਂ ਬਾਅਦ ਮੈਂ ਤੁਹਾਨੂੰ ਕੀ ਦੱਸਿਆ, ਕੱਲ੍ਹ ਦੀ ਔਰ ਪਰਸੋਂ ਦੀ, ਕੱਲ੍ਹ ਦੀ ਔਰ ਪਰਸੋਂ ਦੀ, 5 ਤਰੀਕ ਅੱਜ ਹੈ, ਕੱਲ੍ਹ 4 ਤੇ ਸੀ, ਫਿਰ 3 ਸੀਗੀ, ਤਾਂ ਮੈਂ 15 ਦਿਨਾਂ ਦੀਆਂ 2 ਦਿਨਾਂ ਦੀਆਂ ਮਾਰਕ ਕਰਨੀਆਂ ਹੈਗੀਆਂ, ਤਾਂ ਮੈਂ ਉਹ ਕਿੱਥੋਂ ਮਾਰਕ ਕਰ ਰਿਹਾ, ਦੇਖੋ ਇੱਥੋਂ ਪ੍ਰਾਈਸ ਥੱਲੇ ਡਿੱਗਿਆ ਹੋਇਆ, ਇੱਥੋਂ ਪ੍ਰਾਈਸ ਉੱਪਰ ਚੜਿਆ ਹੋਇਆ, ਇੱਥੋਂ ਪ੍ਰਾਈਸ ਉੱਪਰ ਚੜਿਆ ਹੋਇਆ, ਇੱਥੋਂ ਪ੍ਰਾਈਸ ਥੱਲੇ ਡਿੱਗਿਆ ਹੋਇਆ। ਠੀਕ ਹੈ ਜੀ, ਮੈਂ 3 ਦੀ 4 ਦੀ 5 ਦਿਨਾਂ ਦੀ 15 ਮਿੰਟ ਦੀਆਂ ਸਪੋਰਟ ਰਜਿਸਟਰਾਂ ਮਾਰਕ ਕਰ ਲਈਆਂ। ਕਲੀਅਰ ਹੈ ਜੀ। ਹੁਣ ਮੈਂ ਐਂਟਰੀ ਕਰਨੀ ਹੈ, ਕਿੰਨੇ ਟਾਈਮ 'ਚ ਕਰਨੀ ਹੈ, 5 ਮਿੰਟ 'ਚ ਜਾਂ 3 ਮਿੰਟ 'ਚ, ਦੋਨਾਂ 'ਚ ਇੱਕੋ ਚੀਜ਼ ਹੈ, ਤਾਂ ਮੈਨੂੰ ਐਂਟਰੀ ਮੈਂ ਟਾਈਮ ਫਰੇਮ ਨੂੰ 5 ਮਿੰਟ 'ਚ ਲੈ ਜਾਂਦਾ। ਹੁਣ ਮੈਂ ਆਪਣੀ ਇਹ ਚੀਜ਼ ਇੱਥੋਂ ਲੱਭਣੀ ਹੈਗੀ ਹੈ। ਜੀ ਜਦੋਂ ਅੱਜ ਕੱਲ੍ਹ ਔਰ ਪਰਸੋਂ ਦੀ ਮਾਂਗ ਕਰਦੀ ਹੈ ਤਾਂ 15 ਮਿੰਟ 'ਚ ਨਹੀਂ ਟ੍ਰੇਡਿੰਗ ਕਰਨੀ ਸੀ?
ਨਹੀਂ ਦੇਖੋ ਟ੍ਰੇਡਿੰਗ ਅਸੀਂ 5 ਮਿੰਟ ਚ ਹੀ ਕਰਾਂਗੇ। ਤੁਸੀਂ ਆਵਾ ਜਿਹੜਾ ਪਹਿਲੇ ਲਿਖਿਆ ਸੀ ਉਹਦੇ ਚ ਤੁਸੀਂ ਕਹਿੰਦੇ ਨਹੀਂ ਸੀ 3 ਮਿੰਟ, ਅਗਰ 3 ਮਿੰਟ ਚ ਕਰਨੀ ਹੈ ਤਾਂ 5 ਮਿੰਟ ਵਾਲੀ ਮਾਰਕ ਕਰਨੀ ਹੈ, ਅਗਰ 5 ਮਿੰਟ ਚ ਕਰਨੀ ਹੈ ਤਾਂ ਅੱਜ ਔਰ ਕੱਲ ਵਾਲੀ ਮਾਰਕ ਕਰਨੀ ਹੈ। ਦੇਖੋ 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 ਸੁਣੋ, ਮੰਨ ਕੇ ਚੱਲੋਗਾ ਤੁਸੀਂ ਦਿਨ ਦੀ ਹਾਈ ਔਰ ਲੋ ਮਾਰਕ ਕੀਤੀ ਇੱਕ ਕੈਂਡਲ, ਮਤਲਬ ਤੁਸੀਂ ਵੱਡੇ ਟਾਈਮ ਫਰੇਮ 'ਚ ਸਪੋਰਟ ਰੈਜ਼ਿਸਟੈਂਸ ਮਾਰਕ ਕੀਤੀ, ਤੁਸੀਂ ਐਂਟਰੀ ਕਿਹੜੇ ਪੁਆਇੰਟ 'ਚ ਕਰੋਗੇ? ਰਿਟਰੇਸਮੈਂਟ ਲਿਆ ਹੈਗਾ ਇੱਥੋਂ ਦੀ, ਲਿਆ ਨਾ ਇੱਥੋਂ ਦੀ, ਇੱਥੋਂ ਲਿਆ ਆ ਦੇਖੋ, ਠੀਕ ਹੈ, ਇੱਥੋਂ ਦੀ ਪ੍ਰਾਈਜ਼ ਮੈਂ ਕਹਿੰਦਾ ਉੱਪਰ ਚੜਿਆ, ਆਪਾਂ ਪਹਿਲਾਂ ਮੰਨ ਲੈਂਦੇ ਹਾਂ, ਹਜੇ ਆਹ ਵਾਲੀਆਂ ਨੂੰ ਭੁੱਲ ਜਾਇਓ, ਜਿਹੜੀਆਂ ਆਪਾਂ ਹੁਣੇ ਲਗਾਈਆਂ ਇਹਨੂੰ ਭੁੱਲ ਜਾਇਓ, ਜਿਹੜੀ ਹੁਣੇ ਇੱਕ ਇੱਕ ਲਗਾਈ ਹੈ ਇਹਨੂੰ ਯਾਦ ਰੱਖਿਓ, ਠੀਕ ਹੈ। ਹੁਣ ਅਗਰ ਇਹ ਸਪੋਰਟ ਨੂੰ ਇਹਨੂੰ ਰੈਜ਼ਿਸਟੈਂਸ ਮੰਨ ਲਿਆ, ਇਹਨੂੰ ਸਪੋਰਟ ਮੰਨ ਲਿਆ, ਠੀਕ ਹੈ, ਤਾਂ ਅਸੀਂ ਅਗਰ ਜਦੋਂ ਐਂਟਰੀ ਪਲਾਨ ਕਰਾਂਗੇ ਤਾਂ ਕਿੱਡੇ ਵੱਡੇ ਟਾਈਮ ਫਰੇਮ 'ਤੇ ਕਰਾਂਗੇ? ਦੱਸੋ, ਨਹੀਂ ਪਤਾ। ਐਂਟਰੀ ਅਸੀਂ ਹਮੇਸ਼ਾ 3 ਮਿੰਟ ਜਾਂ 5 ਮਿੰਟ ਦੇ ਟਾਈਮ ਫਰੇਮ 'ਚ ਹੀ ਪਲਾਨ ਕਰਦੇ ਹਾਂ। ਹੁਣ ਉਹਦਾ ਰੀਜ਼ਨ ਦੱਸਦਾ, ਮੰਨ ਕੇ ਚੱਲੋ ਪਹਿਲਾਂ ਕੀ ਚੀਜ਼ ਚਾਹੇ ਤੁਸੀਂ ਇੱਕ ਵੀਕ ਦੀ ਪਲਾਨ ਕਰੋ, ਚਾਹੇ ਇੱਕ ਦਿਨ ਦੀ ਪਲਾਨ ਕਰੋ, ਚਾਹੇ ਤੁਸੀਂ ABCD ਜਿਹੜੇ ਮਰਜ਼ੀ ਟਾਈਮ ਫਰੇਮ ਦਾ ਸਪੋਰਟ ਰੈਜ਼ਿਸਟੈਂਸ ਕਰਾਓ, ਐਂਟਰੀ ਤੁਹਾਨੂੰ 5 ਮਿੰਟ ਜਾਂ 3 ਮਿੰਟ 'ਚ ਹੀ ਪਲਾਨ ਕਰਨੀ ਪੈਣੀ। ਹੁਣ ਉਹਦਾ ਰੀਜ਼ਨ ਕੀ ਹੈਗਾ? ਰੀਜ਼ਨ ਇਹ ਹੈਗਾ, ਮੰਨ ਕੇ ਚੱਲੋ ਅਗਰ ਤੁਹਾਡੀ ਆਹ ਰੈਜ਼ਿਸਟੈਂਸ ਹੈਗੀ ਹੈ, ਮੰਨ ਕੇ ਚੱਲੋ ਤੁਹਾਡੀ ਆਹ ਅਗਰ ਰੈਜ਼ਿਸਟੈਂਸ ਹੈਗੀ ਹੈ, ਠੀਕ ਹੈ, ਹੁਣ ਅਗਰ ਪ੍ਰਾਈਜ਼ ਇਹਦੇ ਕੋਲ ਆ ਜਾਏਗਾ, ਇਹਦੇ ਕੋਲ ਇਸ ਜਗ੍ਹਾ 'ਤੇ, ਇੱਥੇ ਕਿਤੇ ਪ੍ਰਾਈਜ਼ ਆ ਗਿਆ, ਮੰਨ ਕੇ ਚੱਲੋ ਪ੍ਰਾਈਜ਼ ਇੱਥੇ ਆ ਗਿਆ ਨੇੜੇ ਤੇੜੇ, ਠੀਕ ਹੈ, ਤਾਂ ਕਿੰਨੇ ਟਾਈਮ ਬਾਅਦ ਆਇਆ ਪ੍ਰਾਈਜ਼ ਤੁਹਾਨੂੰ ਪਤਾ ਇਸ ਜਗ੍ਹਾ 'ਤੇ? ਆਹ ਦੇਖੋ ਜ਼ਰਾ, ਆਹ ਸਪੋਰਟ ਹੈ, ਇੱਕ ਦੋ ਤਿੰਨ ਚਾਰ ਪੰਜ ਛੇ ਸੱਤ ਅੱਠ ਨੌਂ ਦਸ ਗਿਆਰਾਂ ਬਾਰਾਂ ਤੇਰਾਂ ਚੌਦਾਂ ਪੰਦਰਾਂ ਸੋਲਾਂ ਸਤਾਰਾਂ ਅਠਾਰਾਂ ਉੱਨੀ ਵੀਹ ਇੱਕੀ ਬਾਈ, ਬਾਈ ਦਿਨਾਂ ਬਾਅਦ ਵੀ ਪ੍ਰਾਈਜ਼ ਹਜੇ ਆਪਣੀ ਸਪੋਰਟ ਕੋਲ ਨਹੀਂ ਪਹੁੰਚਿਆ, ਠੀਕ ਹੈ ਜੀ। ਹੁਣ ਅਗਰ ਮੈਂ ਨੀਚੇ ਦੀ ਪਲੈਨਿੰਗ ਕਰਾਂਗਾ ਰੈਜ਼ਿਸਟੈਂਸ ਦੀ, ਤਾਂ ਮੈਂ 22 ਦਿਨ ਦੀ ਵੇਟ ਕਰਾਂਗਾ, ਜਾਂ ਮੈਂ ਹੁਣ ਤੁਹਾਨੂੰ ਇੱਕ ਛੋਟਾ ਜਿਹਾ ਸਿੰਪਲ ਜਿਹਾ ਐਗਜ਼ਾਮਪਲ ਨਾਲ ਦੇ ਰਿਹਾ ਹੈਗਾ। ਆਹ ਦੇਖੋ, ਫਿਲਹਾਲ ਆਹ ਵਾਲੀਆਂ ਸਾਰੀਆਂ ਨੂੰ ਇਗਨੋਰ ਕਰਿਓ, ਠੀਕ ਹੈ। ਮੈਂ ਕਹਿੰਦਾ ਮੈਂ ਇੱਕ ਸਿੰਪਲ ਜੀ ਇੱਥੇ ਇੱਕ ਲਾਈਨ ਡਰਾਅ ਕਰਤੀ ਹੈ, ਇੱਥੋਂ ਪ੍ਰਾਈਜ਼ ਦੇਖੋ ਥੱਲੇ ਮੁੜਿਆ ਨਾ ਆ ਜਗ੍ਹਾ ਤੋਂ, ਮੈਂ ਇੱਥੇ ਡਰਾਅ ਕਰ ਲਈ, ਇੱਦਾਂ ਇਸ ਰੈਜ਼ਿਸਟੈਂਸ ਦਾ ਕਲਰ ਚੇਂਜ ਕਰ ਲੈਂਦਾ ਤਾਂ ਕਿ ਤੁਹਾਨੂੰ ਭੁਲੇਖਾ ਨਾ ਪਵੇ, ਇਹਨੂੰ ਆਪਾਂ ਬਲੂ ਕਰ ਲੈਂਦੇ ਹਾਂ, ਠੀਕ ਹੈ। ਹੁਣ ਮੈਂ ਟਾਈਮ ਕਰਦਾ 5 ਮਿੰਟ ਦਾ, ਦੇਖੋ ਜੀ ਆਹ ਟਾਈਮ ਕਰਤਾ 5 ਮਿੰਟ ਦਾ, ਠੀਕ ਹੈ ਜੀ।
ਤਾਂ ਐਂਟਰੀ ਜਿਹੜੀ ਮੈਂ ਤੁਹਾਨੂੰ ਹੁਣੇ ਰਜਿਸਟਰ ਲਗਾ ਕੇ ਦਿਖਾਈ ਹੈ, 5 ਮਿੰਟ 1 ਦਿਨ ਦੇ ਵਿੱਚ ਲਗਾ ਕੇ ਦਿਖਾਈ ਸੀ। ਤਾਂ ਹੁਣ ਤੁਸੀਂ ਦੇਖੋ ਅਗਰ ਦਿਨ ਦੀ ਮੈਂ ਰਜਿਸਟਰ ਲਗਾ ਕੇ ਕੀਤੀ ਹੈ ਤਾਂ ਇਹਦਾ ਇੱਕ ਵਾਰੀ ਰਿਟਰੇਸਮੈਂਟ ਹੋਇਆ, ਦੂਸਰੀ ਵਾਰੀ ਹੋਇਆ, ਤੀਸਰੀ ਵਾਰੀ ਹੋਇਆ, ਠੀਕ ਹੈ। ਹੁਣ ਅਗਰ ਮੈਂ ਦਿਨ ਦਾ ਹੀ ਇਸੇ ਜਗ੍ਹਾ ਦਾ ਮਤਲਬ ਅਗਰ ਮੈਂ ਛੋਟਾ ਟਾਈਮ ਫਰੇਮ ਲਗਾਇਆ ਹੋਇਆ ਤਾਂ ਮੈਨੂੰ ਇਸ ਰਜਿਸਟਰ ਦੇ ਨਾਲ ਹਿਸਾਬ ਨਾਲ ਮੈਨੂੰ 3 ਵਾਰੀ ਐਂਟਰੀ ਕਰਨ ਦਾ ਮੌਕਾ ਮਿਲਿਆ ਹੈਗਾ ਨੀਚੇ ਵਾਸਤੇ, ਠੀਕ ਹੈ। ਅਗਰ ਹੁਣ ਮੈਂ ਸਿਰਫ ਦਿਨ ਦਾ ਹੀ ਕਰਾਂਗਾ ਤਾਂ ਤੁਸੀਂ ਦੇਖੋ ਮੈਨੂੰ ਇੱਕ ਵਾਰੀ ਮੌਕਾ ਨਹੀਂ ਮਿਲਦਾ ਪਿਆ। ਆ ਦੇਖਿਓ ਜਰਾ ਹੁਣੇ, ਦੇਖੋ ਇੱਥੋਂ ਲੱਗੀ ਸੀ ਇਹ, ਤਾਂ ਇਸੇ ਦਿਨ 'ਚ ਮੈਨੂੰ 3 ਵਾਰੀ ਇਸੇ ਕੈਂਡਲ ਨੇ ਐਂਟਰੀ ਕਰਨ ਦਾ ਮੌਕਾ ਦਿੱਤਾ। ਕਿੰਨੇ ਦਿੱਤਾ? ਛੋਟੇ ਟਾਈਮ ਫਰੇਮ ਨੇ, ਠੀਕ ਹੈ। ਕਿਉਂਕਿ ਅਗਰ ਮੈਂ ਵੱਡੀ ਕੈਂਡਲ ਦੀ ਗੱਲ ਕਰਾਂ ਤਾਂ ਮੈਨੂੰ ਕਿਤੇ ਐਂਟਰੀ ਨਹੀਂ ਮਿਲਦੀ ਬਈ, ਇਸ ਲਈ ਹਮੇਸ਼ਾ ਐਨਾਲਾਈਜ਼ ਕਰਨੀ ਆ ਵੱਡੇ ਟਾਈਮ ਫਰੇਮ 'ਚ ਐਂਟਰੀ, ਔਰ ਐਂਟਰੀ ਕਰਨੀ ਆ ਛੋਟੇ ਟਾਈਮ ਫਰੇਮ 'ਚ। ਸਮਝ ਲੱਗੀ ਜੀ ਕਿ ਅਸੀਂ ਐਂਟਰੀ ਕਰਨੀ ਆ ਛੋਟੇ ਟਾਈਮ ਫਰੇਮ 'ਚ, ਐਨਾਲਾਈਜ਼ ਕਰਨੀ ਆ ਵੱਡੇ ਟਾਈਮ ਫਰੇਮ 'ਚ। ਅਗਰ ਮੈਂ 5 ਮਿੰਟ ਦੇ ਵਿੱਚ ਐਨਾਲਾਈਜ਼ ਕਰਨਾ ਮੈਨੂੰ ਐਂਟਰੀ ਲੱਭਣੀ ਆ 3 ਮਿੰਟ ਦੇ ਵਿੱਚ, ਅਗਰ 15 ਮਿੰਟ 'ਚ ਐਨਾਲਾਈਜ਼ ਕਰਦਾ ਤਾਂ ਮੈਂ 3 ਮਿੰਟ 'ਚ ਵੀ ਲੱਭ ਸਕਦਾ, ਮੈਂ 5 ਮਿੰਟ 'ਚ ਵੀ ਲੱਭ ਸਕਦਾ। ਅਗਰ ਮੈਂ 1 ਘੰਟੇ ਲਈ ਕਰ ਰਿਹਾ ਮੈਂ 5 ਮਿੰਟ 'ਚ ਵੀ ਕਰ ਸਕਦਾ, 3 ਮਿੰਟ 'ਚ ਵੀ ਕਰ ਸਕਦਾ, 15 ਮਿੰਟ 'ਚ ਵੀ ਕਰ ਸਕਦਾ, ਠੀਕ ਹੈ। ਇਹ ਤਿੰਨੋਂ ਜਿਹੜੇ ਟਾਈਮ ਫਰੇਮ ਹੈ ਇੰਟਰਾਡੇ ਕਰਨ ਲਈ ਬੈਸਟ ਮੰਨੇ ਗਏ ਨੇ, ਠੀਕ ਹੈ। ਅਗਰ ਮੈਂ ਦਿਨ ਦੇ ਉਹਦੇ ਉੱਤੇ ਗੱਲ ਕਰਦੇ ਆ। ਠੀਕ ਹੈ ਜੀ, ਹੁਣ ਤੁਸੀਂ ਦੇਖੋ ਮੈਂ ਇੱਥੇ 3 ਮਿੰਟ ਔਰ 5 ਮਿੰਟ ਵਾਲੀਆਂ ਮਾਰਕ ਕੀਤੀਆਂ ਸੀ ਯੈਲੋ ਵਾਲੀਆਂ ਸਾਰੀਆਂ ਜੀ। ਟਾਈਮ ਫਰੇਮ ਮੈਂ ਕਰਤਾ 5 ਮਿੰਟ ਦਾ। ਹੁਣ ਤੁਸੀਂ ਦੇਖੋ ਆਪਾਂ ਇੱਥੋਂ ਮਾਰਕ ਕੀਤੀ ਸੀ ਰਿਜ਼ਿਸਟੈਂਸ 15 ਮਿੰਟ ਦੀ, ਠੀਕ ਹੈ ਜੀ। ਇੱਥੇ ਆਇਆ ਪ੍ਰਾਈਸ ਇਸੇ ਜਗ੍ਹਾ 'ਤੇ, ਇੱਥੇ ਇੱਕ ਵਾਰ ਡਿੱਗਿਆ, ਦੂਸਰੀ ਵਾਰ ਡਿੱਗਿਆ, ਇੱਥੇ ਹੁਣ ਤੀਸਰੀ ਵਾਰੀ ਇਹਦੇ ਕੋਲੇ ਹੈਗਾ, ਠੀਕ ਹੈ ਜੀ। ਤਾਂ ਅਗਰ ਮੈਂ ਹੁਣ ਇਹਦਾ ਬ੍ਰੇਕਆਊਟ ਹੋ ਜਾਂਦਾ ਉੱਪਰ ਨੂੰ, ਠੀਕ ਹੈ। ਬ੍ਰੇਕਆਊਟ ਤਾਂ ਆਪਾਂ ਬਾਅਦ 'ਚੋਂ ਪੜਾਂਗੇ, ਹਜੇ ਆਪਾਂ ਨੂੰ ਬ੍ਰੇਕਆਊਟ ਵਾਲੀ ਐਂਟਰੀ ਤੁਹਾਨੂੰ ਹਜੇ ਸਮਝਾਈ ਨਹੀਂ ਗਈ, ਪਰ ਅਗਰ ਮੈਂ ਇੱਥੋਂ ਦੀ ਉੱਪਰ ਐਂਟਰੀ ਕਰਨੀ ਹੈ, ਸੋਰੀ ਇਹਦੇ ਉੱਪਰ ਮਜ਼ਾਰ ਨਿਕਲ ਜਾਂਦਾ ਹੈਗਾ, ਇਸ ਲਾਈਨ ਦੇ ਉੱਪਰ ਇਹ ਕੈਂਡਲ ਕਲੋਜ਼ ਕਰ ਜਾਂਦੀ ਹੈ ਤਾਂ ਬ੍ਰੇਕਆਊਟ ਹੋ ਜਾਏਗਾ। ਤਾਂ ਇਹ ਵਾਲੀ ਜਿਹੜੀ ਹੁਣੇ ਆਪਾਂ ਰਿਸਟੈਂਸ ਮੰਨੀ ਸੀ ਕੀ ਬਣ ਜਾਏਗੀ, ਠੀਕ ਹੈ, ਇੱਥੇ ਤੱਕ ਤੁਹਾਨੂੰ ਕਲੀਅਰ ਹੈਗਾ। ਪਰ ਕਦੋਂ ਬਣੇਗੀ? ਜਦੋਂ ਇਹ ਵਾਲੀ ਕੈਂਡਲ ਇਸ ਤੋਂ ਉੱਪਰ ਕਲੋਜ਼ਿੰਗ ਦੇ ਦੇਗੀ, ਠੀਕ ਹੈ ਜੀ। ਹੁਣ ਜਿਹੜੀ ਇਹ ਵਾਲੀ ਆਪਾਂ ਰਿਸਟੈਂਸ ਖਿੱਚੀ ਹੈ ਇਹ ਤੁਹਾਨੂੰ ਸਮਝਾਈ ਗਈ ਹੈ ਨੋਰਮਲ, ਠੀਕ ਹੈ ਜੀ। ਅੱਜ ਆਪਾਂ ਗੱਲ ਕਰਾਂਗੇ ਨੋਰਮਲ ਤੋਂ ਐਡਵਾਂਸ ਦੀ, ਕਲੀਅਰ ਹੈ ਜੀ। ਉਹਦੇ ਵਾਸਤੇ ਆਪਾਂ ਕੀ ਕਰਨਾ ਹੈਗਾ, ਜਿਹੜੀਆਂ ਪੁਰਾਣੀਆਂ ਰਜਿਸਟੈਂਸਾਂ ਆਪਾਂ ਲਗਾਈਆਂ ਪਹਿਲਾਂ ਤਾਂ ਮੈਂ ਇਹਨੂੰ ਡਿਲੀਟ ਕਰ ਦੇਵਾਂ, ਠੀਕ ਹੈ ਜੀ। ਹੁਣ ਆਪਾਂ ਅਗਰ ਐਡਵਾਂਸ ਲੈਵਲ ਦੀ ਰਜਿਸਟੈਂਸ ਸਮਝਣੀ ਆ ਬੜੀ ਹੀ ਸੌਖੀ ਹੈਗੀ ਹੈ। ਇਹ ਕੈਂਡਲਾਂ ਤੁਹਾਨੂੰ ਕਲੀਅਰ ਦਿਖਦੀਆਂ ਪਈਆਂ ਨਾ ਜੀ,
ਇਹ ਕੈਂਡਲਾਂ ਦੇ ਨਾਲ ਅਸੀਂ ਇਹਨਾਂ ਦੀ ਵਿੱਥ ਵੀ ਪਕੜਨੀ ਹੈ, ਪੂੰਛ ਵੀ ਪਕੜਨੀ ਹੈ। ਹੁਣ ਤੱਕ ਆਪਾਂ ਕੀ ਕਰਦੇ ਸੀਗੇ, ਸਪੋਰਟ ਸਾਨੂੰ ਹਾਈ ਲੈਵਲ ਨੂੰ ਲਗਾਉਂਦੇ ਸੀ, ਰਿਸਟੈਂਸ ਅਸੀਂ ਲੋ ਲੈਵਲ ਨੂੰ ਲਗਾਉਂਦੇ ਸੀ। ਕਲੀਅਰ ਹੈ? ਮਤਲਬ ਕਿ ਅਗਰ ਦੋ ਕੈਂਡਲਾਂ ਦੇ ਵਿੱਚੋਂ ਜਿੱਥੋਂ ਪ੍ਰਾਈਜ਼ ਉੱਪਰੋਂ ਘੁੰਮਿਆ ਅਸੀਂ ਉਹਦਾ ਹਾਈ ਪੁਆਇੰਟ ਪਕੜ ਲੈਂਦੇ ਸੀ, ਔਰ ਜਿੱਥੋਂ ਪੁਆਇੰਟ ਨੀਚੋਂ ਘੁੰਮਿਆ ਅਸੀਂ ਉਹਦੇ ਲੋ ਦੀ ਵਿੱਥ ਨੂੰ ਲੋ ਲਗਾ ਲੈਂਦੇ ਸੀ। ਠੀਕ ਹੈ ਜੀ। ਹੁਣ ਅਸੀਂ ਚਾਹੇ ਇੱਥੇ ਹੋਰੀਜ਼ੋਂਟਲ ਲਾਈਨ ਲਗਾ ਲਓ ਔਰ ਚਾਹੇ ਤੁਸੀਂ ਰੇ ਲਗਾ ਲਓ, ਦੋਨੋਂ ਚੀਜ਼ਾਂ ਸੇਮ ਨੇ। ਮੇਰੀ ਗੱਲ ਸਮਝ ਗਏ? ਹਾਂ। ਮਤਲਬ ਕਿ ਇੱਕ ਹੋਰੀਜ਼ੋਂਟਲ, ਇੱਕ ਮਿੰਟ, ਆ ਵਾਲੀ, ਠੀਕ ਹੈ। ਦੇਖੋ ਆਹ ਇੱਕ ਲਾਈਨ ਲਗਾਈ ਹੈ, ਬਲੂ ਜੀ ਲੱਗੀ ਹੈ, ਇਹ ਜਿਹੜੀ ਹੁਣ ਲਾਈਨ ਲੱਗੀ ਹੈ ਇਹ ਸ਼ੁਰੂ ਤੋਂ ਐਂਡ ਤੱਕ ਸਭ 'ਤੇ ਲੱਗ ਗਈ, ਠੀਕ ਹੈ। ਬਟ ਜਿਹੜੀ ਆਹ ਲਾਈਨ ਹੈ ਇਹਨੂੰ ਕਿਹਾ ਜਾਂਦਾ ਹੋਰੀਜ਼ੋਂਟਲ ਲਾਈਨ, ਬਟ ਜਿਹੜੀ ਆਹ ਹੈ ਇਹਨੂੰ ਕਿਹਾ ਜਾਂਦਾ ਹੋਰੀਜ਼ੋਂਟਲ ਰੇਸ। ਇਹ ਸਾਨੂੰ ਪਤਾ ਸੀ ਇਸੇ ਜਗ੍ਹਾ ਤੋਂ ਲਗਾ ਰਹੇ। ਹੁਣ ਇਹ ਵਾਲੀ ਜਿਹੜੀ ਹੈਗੀ ਆ, ਆਹ ਵਾਲੀ ਲਾਈਨ ਇਹ ਮੈਂ ਲਗਾ ਤਾਂ ਲਈ, ਪਰ ਮੈਨੂੰ ਪਤਾ ਹੀ ਨਹੀਂ ਮੈਂ ਲਗਾਈ ਇੱਥੋਂ ਲਗਾਈ ਹੈ ਜਾਂ ਕਿੱਥੋਂ ਲਗਾਈ ਹੈ। ਕਿਉਂ? ਕਿਉਂਕਿ ਇਹ ਵਾਲੀ ਥੋੜ੍ਹੀ ਕੁਛ ਦੇਰ ਬਾਅਦ ਜਦੋਂ ਉੱਥੇ ਸਪੋਰਟ ਰੇਸ ਅਸੀਂ ਡਰੋਅ ਕਰਾਂਗੇ ਸਾਨੂੰ ਪਤਾ ਹੀ ਨਹੀਂ ਲੱਗਣੀ ਅਸੀਂ ਇਹ ਲਾਈਨ ਇੱਥੋਂ ਲਗਾਈ ਹੈ ਜਾਂ ਕਿੱਥੋਂ ਲਗਾਈ ਹੈ। ਬਟ ਆਹ ਜਿਹੜੀ ਲਾਈਨ ਹੈ ਇਹ ਤੁਹਾਨੂੰ ਸਾਫ਼ ਸਾਫ਼ ਦਿਖਦੀ ਪਈ ਹੈਗੀ ਹੈ ਕਿ ਤੁਸੀਂ ਇਸ ਪੁਆਇੰਟ ਤੋਂ ਲਗਾਈ ਹੋਈ ਹੈ, ਠੀਕ ਹੈ। ਤਾਂ ਇਸ ਲਈ ਹੋਰੀਜ਼ੋਂਟਲ ਰੇਸ ਲਗਾ ਲਓ ਜਾਂ ਹੋਰੀਜ਼ੋਂਟਲ ਲਾਈਨ ਲਗਾਉਣੀ, ਇਹ 'ਚ ਕਨਫਿਊਜ਼ਨ ਕੁਛ ਨਹੀਂ ਹੈ। ਬਟ ਆਪਾਂ ਕਨਫਿਊਜ਼ਨ ਨਾ ਹੋਈਏ ਇਸ ਕਰਕੇ ਮੈਂ ਹੋਰੀਜ਼ੋਂਟਲ ਰੇਸ ਹੀ ਯੂਜ਼ ਕਰਦਾ, ਠੀਕ ਹੈ ਜੀ। ਹੁਣ ਆਪਾਂ ਹੋਰੀਜ਼ੋਂਟਲ ਲਾਈਨ ਲਗਾਈਏ ਜਾਂ ਹੋਰੀਜ਼ੋਂਟਲ ਰੇਸ ਲਗਾਈਏ, ਗੱਲ ਸੇਮ ਹੀ ਹੈ। ਤਾਂ ਆਪਾਂ ਹੋਰੀਜ਼ੋਂਟਲ ਰੇਸ ਹੀ ਯੂਜ਼ ਕਰਦੇ ਹਾਂ, ਠੀਕ ਹੈ ਜੀ। ਬਸ ਹੁਣ ਦੂਸਰੀ ਅਸੀਂ ਲਾਈਨ ਕਿੱਥੇ ਲਗਾਉਣੀ ਹੈ? ਦੂਸਰੀ ਲਾਈਨ ਲਗਾਉਣੀ ਹੈ ਉਸ ਜਗ੍ਹਾ 'ਤੇ। ਕਿਹੜੀ ਜਗ੍ਹਾ 'ਤੇ? ਉਸ ਜਗ੍ਹਾ 'ਤੇ ਜਿੱਥੇ ਕਿਸੇ ਵੀ ਕੈਂਡਲ ਦੀ ਬੋਡੀ ਟੱਚ ਨਾ ਹੋਵੇ, ਠੀਕ ਹੈ ਜੀ, ਪਰ ਨੰਬਰ ਆਫ ਬੋਧੀਆਂ ਇਹਦੇ ਵਿੱਚ ਆ ਜਾਣ। ਦੇਖੋ ਜੀ, ਠੀਕ ਹੈ, ਕਿ ਅਸੀਂ ਇਸ ਲਾਈਨ ਨੂੰ ਹੋਰ ਥੱਲੇ ਕਰ ਸਕਦੇ ਹਾਂ? ਅਸੀਂ ਇਸ ਲਾਈਨ ਨੂੰ ਹੋਰ ਥੱਲੇ ਤਾਂ ਕਰ ਸਕਦੇ ਹਾਂ, ਇਹ ਬਸ ਇੱਥੇ ਤੱਕ ਕਰ ਸਕਦੇ ਹਾਂ ਬੋਡੀ ਨੂੰ ਟੱਚ, ਠੀਕ ਹੈ ਜੀ। ਅਗਰ ਅਸੀਂ ਇਹਨੂੰ ਬੋਡੀ ਨੂੰ ਟੱਚ ਕਰਾ ਤਾ ਤਾਂ ਇਹ ਸੁਪਰ ਐਡਵਾਂਸ ਬਣ ਜਾਏਗੀ। ਫਿਲਹਾਲ ਆਪਾਂ ਐਡਵਾਂਸ ਦੀ ਗੱਲ ਕਰਨੀ ਹੈ, ਠੀਕ ਹੈ ਜੀ। ਹੁਣ ਤੁਸੀਂ ਦੇਖੋ ਇਸ ਜ਼ੋਨ ਦੇ ਵਿੱਚ ਪਹਿਲਾਂ ਇਹਦੀ ਆ ਗਈ ਵਿੱਥ ਆ ਗਈ, ਦੂਸਰੀ ਇਹਦੀ ਵਿੱਥ ਵਿੱਚ ਆ ਗਈ, ਤੀਜੀ ਇਹਦੀ ਵਿੱਥ ਵਿੱਚ ਆ ਗਈ, ਚੌਥੀ ਇਹਦੀ ਵਿੱਥ ਵਿੱਚ ਆ ਗਈ, ਠੀਕ ਹੈ ਜੀ। ਤਾਂ ਰੈਕਟਰੈਂਗਲ ਤੁਹਾਨੂੰ ਸਮਝਾਇਆ ਹੋਇਆ ਹੈਗਾ, ਅਸੀਂ ਇੱਥੋਂ ਦੀ ਲੈ ਕੇ ਇੱਥੇ ਤੱਕ ਛੋੜ ਕੇ ਇੱਕ ਜ਼ੋਨ ਡਰੋ ਕਰ ਦੇਣਾ ਹੈਗਾ, ਠੀਕ ਹੈ ਜੀ। ਉਸ ਤੋਂ ਬਾਅਦ ਚਾਹੇ ਇਹਨਾਂ ਨੂੰ ਡਿਲੀਟ ਕਰ ਦਈਏ, ਠੀਕ ਹੈ ਜੀ। ਹੁਣ ਤੁਹਾਡੇ ਸਾਹਮਣੇ ਜਿਹੜਾ ਇਹ ਜ਼ੋਨ ਬਣਿਆ ਹੈਗਾ ਇਹ ਇੱਕ ਨੋਰਮਲ ਤੋਂ ਐਡਵਾਂਸ ਵੱਲ ਨੂੰ ਚਲਾ ਗਿਆ। ਕਿਉਂ? ਕਿਉਂਕਿ ਇਹਦੇ ਵਿੱਚ ਤੁਹਾਨੂੰ ਮੈਂ ਕਲੀਅਰ ਕਿਹਾ ਹੋਇਆ ਕਿ ਰਿਸਟੈਂਸ ਜਾਂ ਸਪੋਰਟ ਇੱਕ ਪੁਆਇੰਟ ਨਹੀਂ ਹੈਗਾ, ਰਿਸਟੈਂਸ ਜਾਂ ਸਪੋਰਟ ਇੱਕ ਜ਼ੋਨ ਹੈਗਾ। ਉਹਨੂੰ ਜ਼ੋਨ ਕਿੱਦਾਂ ਡਰਾ ਕਰਦੇ ਆ, ਆਹ ਤੁਹਾਨੂੰ ਜ਼ੋਨ ਡਰਾ ਕਰਕੇ ਦਿਖਾਇਆ ਹੋਇਆ ਜੀ। ਸਮਝ ਲੱਗੀ ਜੀ? ਹੁਣ ਸੇਮ ਇਹੀ ਚੀਜ਼ ਆਪਾਂ ਸਪੋਰਟ ਵੱਲ ਨੂੰ ਲੈ ਕੇ ਚੱਲਦੇ ਹਾਂ। ਨਹੀਂ, ਇਹ 0.20 ਵੱਲ ਦੇ ਅਗਰ ਤੁਸੀਂ ਆਪਾਂ ਦੇਖ ਲਏ ਤਾਂ ਹੋ ਵੀ ਜਾਏਗਾ, ਕਿਉਂਕਿ ਇਹ ਆਪਾਂ ਜ਼ੋਨ ਕ੍ਰੀਏਟ ਕੀਤਾ ਹੈਗਾ ਐਡਵਾਂਸ ਵਾਲੇ ਲੈਵਲ 'ਤੇ, ਜਿਹੜਾ ਕਿ ਮਾਰਕੀਟ ਨੇ ਸਾਨੂੰ ਦਿਖਾਇਆ ਹੈਗਾ।
ਜਿਹੜਾ ਅਸੀਂ ਕਰਦੇ ਹਾਂ, ਮੰਨ ਕੇ ਚਲੋ ਅਗਰ ਮੈਂ ਸਿਰਫ ਔਰ ਸਿਰਫ ਰੈਕਟਰੈਂਗਲ ਹੀ ਇੱਦਾਂ ਯੂਜ਼ ਕਰਦਾ, ਮੰਨ ਕੇ ਚਲੋ ਅਗਰ ਮੈਂ ਇੱਥੇ ਰੈਕਟਰੈਂਗਲ ਯੂਜ਼ ਕਰ ਲੈਂਦਾ ਤਾਂ ਮੈਂ ਇਹ ਵਾਲਾ 20 ਪੁਆਇੰਟ ਤੋਂ ਉੱਪਰ ਨਹੀਂ ਜਾਣ ਦੇਣਾ, 0.20% ਤੋਂ, ਅਗਰ ਖੁਦ ਕ੍ਰੀਏਟ ਕੀਤਾ ਹੈਗਾ, ਠੀਕ ਹੈ। ਬਟ ਜਦੋਂ ਅਸੀਂ ਮਾਰਕੀਟ ਨੂੰ ਐਡਵਾਂਸ ਲੈ ਕੇ ਚੱਲਦੇ ਹਾਂ ਤਾਂ ਉਹ ਮਾਰਕੀਟ ਸਾਨੂੰ 10 ਪੁਆਇੰਟ ਦਾ ਵੀ ਦੇ ਸਕਦੀ ਹੈ, 30 ਤੋਂ 40 ਪੁਆਇੰਟ ਦਾ ਵੀ ਦੇ ਸਕਦੀ ਹੈ, ਕਿਉਂਕਿ ਉਹ ਮਾਰਕੀਟ ਨੇ ਖੁਦ ਬਣਾਇਆ, ਨਾ ਕਿ ਅਸੀਂ ਬਣਾਇਆ ਜੀ। ਪਰ ਜਿਹੜਾ ਅਸੀਂ ਬਣਾਇਆ ਉਹ 0.20% ਵਾਲੇ ਤੋਂ ਉੱਪਰ ਨਹੀਂ ਜਾਣ ਦੇਣਾ, 0.19 ਚੱਲੇਗਾ, 0.21 ਨਹੀਂ ਚੱਲੇਗਾ, ਠੀਕ ਹੈ ਜੀ। ਹੁਣ ਸੇਮ ਇਹੀ ਚੀਜ਼ ਅਗਰ ਆਪਾਂ ਹੁਣ ਨੀਚੇ ਵਾਲੇ ਪਾਸੇ ਨੂੰ ਜ਼ੋਨ ਬਣਾਉਣਾ ਹੈਗਾ ਸਪੋਰਟ ਦਾ, ਠੀਕ ਹੈ ਜੀ। ਹੁਣ ਸਪੋਰਟ 'ਤੇ ਦੇਖੋ, ਅਗਰ ਇਹਨੂੰ ਮੈਂ ਇਸ ਲੈਵਲ ਨੂੰ ਜ਼ੂਮ ਕਰਕੇ ਦੇਖਦਾ, ਦੇਖੋ ਇਸ ਏਰੀਏ 'ਤੇ 3 ਕੈਂਡਲਾਂ ਘੁੰਮਦੀਆਂ ਪਈਆਂ ਹੈਗੀਆਂ ਪ੍ਰਾਈਜ਼ ਨੂੰ, ਠੀਕ ਹੈ। ਤਾਂ ਮੇਰੀ ਜਿਹੜੀ ਦੂਸਰੀ ਲਾਈਨ ਹੈ ਉਹ ਕਿੱਥੇ ਤੱਕ ਆਏਗੀ? ਅਗਰ ਮੈਂ ਇੱਥੇ ਤੱਕ ਟੱਚ ਕਰਦਾ ਤਾਂ ਇਹਦੇ ਦੂਜੀ ਲਾਈਨ 'ਤੇ ਟੱਚ ਕਰਦਾ ਤਾਂ ਬੋਡੀ ਵਿੱਚ ਆ ਰਹੀ ਹੈ ਨਾ, ਤਾਂ ਅਸੀਂ ਬੋਡੀ ਨਹੀਂ ਕਰਨੀ ਹੈਗੀ, ਥੋੜ੍ਹਾ ਜਿਹਾ ਉੱਪਰ ਰੱਖ ਕੇ ਛੱਡ ਦੇਣਾ ਹੈਗਾ। ਤਾਂ ਦੂਸਰਾ ਮੇਰਾ ਜਿਹੜਾ ਜ਼ੋਨ ਆਏਗਾ ਉਹ ਆ ਵਾਲਾ ਆਏਗਾ, ਠੀਕ ਹੈ ਜੀ। ਦੇਖੋ ਤੁਹਾਨੂੰ ਸਪੋਰਟ ਰਜਿਸਟਰ ਦਾ ਹੁਣ ਜ਼ੋਨ ਡਰਾ ਕਰਨਾ ਆ ਗਿਆ, ਹਾਂਜੀ। ਹੁਣ ਆਪਾਂ ਇੱਕ ਦੋ ਹੋਰ ਪਿੱਛੇ ਲੈ ਕੇ ਜਾ ਕੇ ਕਰ ਲੈਂਦੇ ਹਾਂ, ਠੀਕ ਹੈ ਜੀ। ਹੁਣ ਦੇਖੋ ਦੇਖੋ ਪ੍ਰਾਈਜ਼ ਉੱਪਰ ਚੜ ਰਿਹਾ ਸੀ, ਇੱਥੋਂ ਘੁੰਮਿਆ ਇਸ ਜਗ੍ਹਾ ਤੋਂ, ਜਦੋਂ ਇਸ ਜਗ੍ਹਾ ਤੋਂ ਘੁੰਮਿਆ ਹੈਗਾ ਤਾਂ ਮੈਂ ਪਹਿਲਾਂ ਕੀ ਕਰਨਾ ਹੈਗਾ, ਸਭ ਤੋਂ ਹਾਈ ਪੁਆਇੰਟ ਨੂੰ ਮਾਰਕ ਕਰ ਦੇਣਾ, ਹੋ ਗਿਆ ਜੀ, ਠੀਕ ਹੈ ਜਗ ਜੀ। ਹੁਣ ਐਡਵਾਂਸ ਲੈਵਲ 'ਤੇ ਜਾਣ ਵਾਸਤੇ ਮੈਂ ਇੱਕ ਹੋਰ ਚੱਕਣਾ ਹੈਗਾ, ਅਤੇ ਮੈਂ ਸਿਰਫ ਇਹ ਦੇਖਣਾ ਕਿ ਇਹਦੇ ਵਿੱਚ ਬੋਡੀਆਂ ਨੂੰ ਟੱਚ ਹੋਏ ਤੋਂ ਬਿਨਾਂ ਕਿੰਨੀਆਂ ਕੈਂਡਲਾਂ ਵਿੱਚ ਆ ਸਕਦੀਆਂ ਹੈਗੀਆਂ। ਦੇਖੋ ਬੋਡੀ ਟੱਚ ਨਹੀਂ ਕੀਤੀ ਨਾ ਮੇਰੀ, ਠੀਕ ਹੈ, ਤਾਂ ਇਹ ਮੇਰਾ ਇੱਕ ਜ਼ੋਨ ਕ੍ਰੀਏਟ ਹੋ ਜਾਏਗਾ, ਠੀਕ ਹੈ ਜੀ। ਦੇਖੋ ਠੀਕ ਹੈ ਜੀ, ਹੁਣ ਸੇਮ ਇੱਦਾਂ ਹੀ ਆਪਾਂ ਨੀਚੇ ਨੂੰ ਕਰਕੇ ਦੇਖ ਲੈਂਦੇ ਹਾਂ, ਸਭ ਤੋਂ ਪਹਿਲਾਂ ਆ ਗਿਆ। ਹੁਣ ਦੂਸਰੀ ਲਾਈਨ ਵਾਸਤੇ ਜਦੋਂ ਮੈਂ ਐਡਵਾਂਸ ਵੱਲ ਨੂੰ ਜਾਣਾ ਹੈਗਾ ਤਾਂ ਮੈਂ ਦੇਖਣਾ ਕਿੰਨੀਆਂ ਕੈਂਡਲਾਂ ਆ ਜਾਂਦੀਆਂ ਇਹਦੇ ਵਿੱਚ, ਇਹਨੂੰ ਮੈਂ ਅਗਰ ਹੋਰ ਜ਼ੂਮ ਕਰ ਲੈਂਦਾ ਤਾਂ ਦੇਖਣਾ ਕਿ ਆ ਵੀ ਕੈਂਡਲ ਵਿੱਚ ਆ ਜਾਂਦੀ ਹੈ, ਨਹੀਂ, ਠੀਕ ਹੈ। ਦੇਖੋ ਇੱਥੇ ਤੱਕ ਆ ਜਾਂਦੀ ਹੈ ਜੀ, ਤਾਂ ਇਹ ਮੇਰਾ ਇੱਕ ਜ਼ੋਨ ਬਣ ਜਾਏਗਾ, ਠੀਕ ਹੈ ਜੀ।
ਠੀਕ ਹੈ ਜਸਦੀਪ ਜੀ, ਆਪਾਂ ਨੂੰ ਐਡਵਾਂਸ ਸਕੋਰ ਬਣਾਉਣਾ ਆ ਗਿਆ, ਠੀਕ ਹੈ। ਨੋਰਮਲ ਤੋਂ ਐਡਵਾਂਸ ਜ਼ੋਨ, ਠੀਕ ਹੈ ਜੀ। ਹੁਣ ਆਪਾਂ ਚੱਲਦੇ ਹਾਂ ਐਡਵਾਂਸ ਤੋਂ ਸੁਪਰ ਐਡਵਾਂਸ। ਠੀਕ ਹੈ ਜੀ, ਇਹਦੇ ਵਿੱਚ ਕੁਛ ਜ਼ਿਆਦਾ ਨਹੀਂ ਕਰਨਾ, ਇਹਦੇ ਵਿੱਚ ਜਿੱਦਾਂ ਅਸੀਂ ਹੁਣ ਇਹ ਐਡਵਾਂਸ ਦਾ ਜ਼ੋਨ ਬਣਾਇਆ ਸੀ, ਅਗਰ ਮੈਂ ਜ਼ੋਨ ਨੂੰ ਪਿੱਛੇ ਹਟਾਉਣਾ ਕੁਛ ਦੇਰ ਵਾਸਤੇ, ਤਾਂ ਜਿਹੜੀ ਵੀ ਕੈਂਡਲ ਦੀ ਪਹਿਲੀ ਬੋਡੀ ਆਏਗੀ ਅਤੇ ਮੈਂ ਬੋਡੀ ਨੂੰ ਟੱਚ ਕਰਵਾ ਦੇਣਾ ਬਸ, ਠੀਕ ਹੈ ਜੀ, ਥੱਲੇ ਵਾਲੇ ਸਪੋਰਟ ਨਾਲ। ਹਾਂ ਨਹੀਂ ਦੇਖੋ, ਪਹਿਲਾਂ ਮੈਂ ਅਗਰ ਇੱਥੋਂ ਪ੍ਰਾਈਜ਼ ਦਾ ਘੁੰਮਿਆ ਸੀਗਾ, ਇੱਥੋਂ ਘੁੰਮਿਆ ਨਾ ਪ੍ਰਾਈਜ਼, ਤਾਂ ਮੈਂ ਇਹਦਾ ਲੋਅ ਪੁਆਇੰਟ ਕਿਹੜਾ ਹੈਗਾ ਆਹ ਵਾਲਾ, ਇਹਨੂੰ ਟੱਚ ਕਰਾਤਾ। ਇਸ ਤੋਂ ਬਾਅਦ ਮੈਂ ਦੂਸਰੀ ਲਾਈਨ ਨੂੰ ਟੱਚ ਕਰਵਾਉਣਾ, ਅਗਰ ਐਡਵਾਂਸ ਕਰਨਾ ਕਿ ਕਿਹੜੀ ਲਾਈਨ ਇਹਦੇ ਵਿੱਚੋਂ ਲੋਕ ਕ੍ਰੀਏਟ ਕਰਦੀ ਹੈ, ਤਾਂ ਮੈਂ ਦੇਖਿਆ ਆਹ ਇੱਕ ਪ੍ਰਾਈਜ਼ ਹੈਗਾ ਆਹ ਵਾਲਾ, ਦੇਖੋ ਇੱਥੋਂ ਜਦੋਂ ਪ੍ਰਾਈਜ਼ ਘੁੰਮਦਾ ਪਿਆ ਹੈਗਾ ਤਾਂ ਸਭ ਤੋਂ ਲੋਅ ਆਹ ਵਾਲੀ ਪ੍ਰਾਈਜ਼ ਇਹਦੀ ਆ ਦਿੱਤੀ ਇਹਨੇ ਮੈਨੂੰ। ਜਿਹੜੀ ਆਹ ਪੂੰਛ ਹੈ ਔਰ ਇਹ ਪੂੰਛ ਹੈ, ਠੀਕ ਹੈ, ਇਹ ਉੱਪਰ ਹੈ, ਮੈਂ ਆਪਣੇ ਜਿਹੜੀ ਲਾਈਨ ਆ ਉੱਥੇ ਤੱਕ ਲੈ ਜਾਣਾ ਹੈਗਾ ਇਸ ਵਾਲੇ ਨੂੰ, ਦੂਸਰੀ ਲਾਈਨ ਨੂੰ ਉਸ ਜਗ੍ਹਾ ਤੱਕ ਲੈ ਜਾਣਾ, ਇੱਕ ਮਿੰਟ, ਹਾਂ ਆਹ ਵਾਲੀ ਲਾਈਨ ਨੂੰ ਉਸ ਜਗ੍ਹਾ ਤੱਕ ਲੈ ਜਾਣਾ ਹੈਗਾ ਜਿੱਥੇ ਮੇਰੀ ਲਾਸਟ ਹਾਈ ਪੁਆਇੰਟ, ਇਨੀਸ਼ੀਅਲ ਲੋਅ ਹੋ ਗਿਆ ਅਤੇ ਹਾਈ ਤਾਂ ਇਹ ਇਹਦੇ ਤੋਂ ਹਾਈ ਹੈ ਨਾ, ਇਹ ਹਾਈ ਪੁਆਇੰਟ ਟੱਚ ਕਰੇ ਪਰ ਬੋਡੀ ਟੱਚ ਨਾ ਕਰੇ, ਉਹਦੇ ਵਿੱਚ ਚਾਹੇ ਜਿੰਨੀਆਂ ਮਰਜ਼ੀਆਂ ਪੂੰਛਾਂ ਆ ਜਾਣ। ਸਮਝ ਲੱਗੀ ਜੀ? ਹਾਂਜੀ। ਕੀ ਸਮਝ ਲੱਗੀ ਹੈ ਥੋੜਾ ਐਕਸਪਲੇਨ ਕਰ ਦਿਓ ਕਿ ਆਪਾਂ ਜਿਹੜੀ ਲਾਈਨ ਡਰਾ ਕਰਨੀ ਹੈ ਉਹਦੇ ਚ ਆ ਜਿਹੜੀਆਂ ਪੂੰਛਾਂ ਜਿੰਨੀਆਂ ਮਰਜ਼ੀ ਆ ਜਾਣ ਪਰ ਕਿਸੇ ਵੀ ਕੈਂਡਲ ਦੀ ਬੋਡੀ ਟੱਚ ਨਹੀਂ ਹੋਣੀ ਚਾਹੀਦੀ, ਬੋਡੀ ਟੱਚ ਨਹੀਂ ਹੋਣੀ ਚਾਹੀਦੀ, ਲੋ ਤੋਂ ਹਾਈ ਵਾਲ ਨੂੰ, ਠੀਕ ਹੈ ਜੀ ਜੀ, ਬੋਡੀ ਟੱਚ ਨਹੀਂ ਹੋਣੀ ਚਾਹੀਦੀ, ਪਰ ਅਸੀਂ ਜਿਹੜੀ ਉੱਪਰਲੀ ਆਹ ਵਾਲੀ ਲਾਈਨ ਲਗਾਉਣੀ ਹੈ ਕਿੱਥੇ ਤੱਕ ਲਗਾਉਣੀ ਹੈ, ਇਸ ਚੀਜ਼ ਦਾ ਜਿਹੜੀ ਆਹ ਲਾਈਨ ਲਗਾਈ ਹੈ ਆਪਾਂ ਇਹ ਕਿੱਥੇ ਤੱਕ ਲਗਾਉਣੀ ਹੈ, ਜਿੱਥੇ ਸਾਡਾ ਟਰਨ ਕੀਤਾ ਹੈ, ਦੇਖੋ ਪ੍ਰਾਈਜ਼ ਇੱਥੋਂ ਦੀ ਟਰਨ ਕਰ ਰਿਹਾ ਜੀ, ਠੀਕ ਹੈ ਜੀ, ਤਾਂ ਇਹਦੇ ਵਿੱਚ ਇੱਕ ਪੂੰਛ ਆ ਰਹੀ ਹੈ, ਦੂਜੀ ਆ ਰਹੀ ਹੈ, ਤੀਜੀ ਆ ਰਹੀ ਹੈ, ਚੌਥੀ, ਆਹ ਸਭ ਤੋਂ ਲੋਅ ਹੈ, ਹਾਂਜੀ, ਤਾਂ ਜਿਹੜੀ ਸਭ ਤੋਂ ਲੋਅ ਹੈਗੀ ਅਸੀਂ ਉੱਥੇ ਤੱਕ ਟੱਚ ਕਰਾਉਣਾ ਜੀ, ਠੀਕ ਹੈ ਜੀ, ਔਰ ਨਾਲ ਇਹ ਧਿਆਨ ਰੱਖਣਾ ਕਿ ਕਿਸੇ ਵੀ ਬੋਡੀ ਨੂੰ ਟੱਚ ਨਾ ਕਰੇ ਜੀ, ਠੀਕ ਹੈ, ਕਿਉਂਕਿ ਇੱਕ ਦੋ ਤਿੰਨ ਚਾਰ ਕੈਨਲਾਂ 'ਤੇ ਸਭ ਤੋਂ ਜਿਹੜਾ ਲੋਅ ਹੈਗਾ ਆਹ ਪੁਆਇੰਟ ਮੈਨੂੰ ਦਿਖਿਆ, ਤਾਂ ਮੈਂ ਇਹਦੀ ਪੂੰਛ ਨੂੰ ਟੱਚ ਕਰਾ ਦੇਣਾ ਹੈਗਾ, ਠੀਕ ਹੈ, ਐਡਵਾਂਸ ਕਰਨ ਲਈ ਜਿਹਦੀ ਬੋਡੀ ਸਭ ਤੋਂ ਪਹਿਲਾਂ ਆ ਜਾਏਗੀ ਆਪਾਂ ਉਹਨੂੰ ਟੱਚ ਕਰਾ ਦੇਣਾ, ਤਾਂ ਬੋਡੀ ਕਿਹਦੀ ਸਭ ਤੋਂ ਪਹਿਲਾਂ ਆ ਰਹੀ ਹੈ, ਇਹ ਇਹਨੂੰ ਜਦੋਂ ਅਸੀਂ ਟੱਚ ਕਰਨ ਲਈ ਜਾਵਾਂਗੇ ਤਾਂ ਪਤਾ ਚੱਲੇਗਾ, ਰੈੱਡ ਵਾਲੇ ਟੱਚ ਹੋ ਗਈ, ਦੈਟ ਮੀਨਸ ਓਕੇ ਆ, ਤਾਂ ਇਹ ਵਾਲਾ ਮੇਰਾ ਐਡਵਾਂਸ ਜ਼ੋਨ ਬਣ ਜਾਏਗਾ, ਠੀਕ ਹੈ ਜੀ, ਸਿਰਫ ਇੰਨਾ ਹੀ ਫਰਕ ਹੈਗਾ, ਠੀਕ ਹੈ।
ਹੁਣ ਉਹ ਅੱਗੇ ਤੁਹਾਨੂੰ ਪਤਾ ਚੱਲੇਗਾ ਜਦੋਂ ਆਪਾਂ ਟ੍ਰੇਡਿੰਗ ਕਰਾਂਗੇ ਕਿ ਐਡਵਾਂਸ ਜ਼ੋਨ ਕਿਹਦੇ ਵਾਸਤੇ ਜ਼ਰੂਰੀ ਹੁੰਦਾ ਔਰ ਨੋਰਮਲ ਜ਼ੋਨ ਕਿਹਦੇ ਵਾਸਤੇ ਜ਼ਰੂਰੀ ਹੁੰਦਾ। ਠੀਕ ਹੈ ਜੀ, ਕਿਉਂਕਿ ਸਾਰੀ ਜਿਹੜੀ ਇੰਟਰਾਡੇ ਦੀ ਟ੍ਰੇਡਿੰਗ ਹੈ ਉਹ ਸਪੋਰਟ ਰੈਜ਼ਿਸਟੈਂਸ ਨੂੰ ਹੀ ਦੇਖ ਕੇ ਕੀਤੀ ਜਾਂਦੀ ਹੈ। ਕਲੀਅਰ ਹੋ ਗਿਆ? ਹਾਂਜੀ ਆ ਜੀ। ਹਾਂਜੀ ਲਗਾਉਂਗੇ ਲਾਉਣੇ ਚੱਕੋ ਫਿਰ ਆ ਮਾਊਸ ਫੜੋ। ਦੋਨੋ ਕੀ ਕਰੀ ਜਾਂਦੇ ਹੋ? ਉਹ ਚਾਲੀ ਲਈ ਸੀ ਇੱਕ ਹੈ, ਇੱਕ ਚਾਲੀ ਲਈ ਸੀ। ਚਾਲੀ ਲਈ ਇੰਦਾ ਕਿਦਾਂ ਹੋ ਗਿਆ? ਦੇਖੋ ਚਲਦੀ ਪਈ ਆ। ਸੈੱਲ ਖਰਾਬ ਹੋਣੇ ਆ, ਚੱਲੋ ਕੀ ਹੋ ਗਿਆ? ਉਹ ਕਿਹਦੇ ਕੋਲ ਸੀਗੇ ਉਹ? ਕੋਈ ਉਹਦੇ ਉਸ ਦਰੂਗ ਨੂੰ ਇੱਕ ਵਾਰੀ ਫੋਨ ਮਾਰੋ ਕਿ ਭਾਈ ਸਾਹਿਬ ਨਹੀਂ ਆਣਾ, ਘੱਟੋ ਘੱਟ ਫੋਨ 'ਤੇ ਇਨਫੋਰਮ ਕਰਨਾ ਹੁੰਦਾ। ਉਹ ਜੇ ਸੈੱਲ ਸੁੱਲ ਪਾਏ ਹੋਏ ਆ, ਇਹਦਾ ਬਟਨ ਨਹੀਂ ਚੱਲਦਾ ਨਹੀਂ ਇਹਦੇ। ਦੇਖੋ ਲਗਾ ਕੇ ਇਹ ਕੀ ਚੱਕਰ ਆਇਆ ਬਾਅਦ ਚੱਲ ਪੈਣਾ ਜਦੋਂ ਜਦੀ ਥੱਲੇ ਵਾਲੀ ਲਾਈਟ ਇਹ ਜਿਹੜੀ ਹੈ ਨਾ ਬ੍ਰਦਰ, ਇੱਕ ਮੇਰਾ ਕਨਫਿਊਜ਼ਨ ਆ। ਆ ਪਹਿਲਾਂ ਨਾਰਮਲ ਖੁੱਚੋ, ਜਿਹੜੀ ਨਾਰਮਲ ਨਜ਼ਰ ਆ ਰਹੀ ਨਾ ਕਿ ਪਹਿਲਾਂ ਆਪਾਂ ਨੋਰਮਲ ਕੀਤੀ ਹੈ। ਹਾਂਜੀ ਹੁਣ ਇਹਨੂੰ ਇੱਦਾਂ ਛੋਟਾ ਕਰੋ, ਇੱਕ ਮਿੰਟ ਇੱਦਾਂ ਕਰ ਲਓ ਬਸ, ਇੱਦਾਂ ਠੀਕ ਹੈ ਨਾ। ਹੁਣ ਦੇਖੋ ਇਹਨੂੰ ਐਡਵਾਂਸ ਕਰਨ ਦੇ ਵਿੱਚ, ਪਰ ਜਦੋਂ ਅਸੀਂ ਐਡਵਾਂਸ ਕਰਨ ਜਾਵਾਂਗੇ ਅਗਰ ਅਸੀਂ ਪੰਜ ਮਿੰਟ 'ਚ ਲਗਾ ਰਹੇ ਹਾਂ। ਹੈਲੋ, ਅਗਰ ਮੰਨ ਕੇ ਚਲੋ ਅਸੀਂ ਪੰਜ ਮਿੰਟ ਵਾਲੇ ਟਾਈਮ ਫਰੇਮ 'ਚ ਲਗਾ ਰਹੇ ਹਾਂ ਔਰ ਅਸੀਂ ਇਹਨਾਂ ਟ੍ਰੇਨਿੰਗ ਕਰਨੀ ਹੈ ਤਿੰਨ ਮਿੰਟ ਦੇ ਵਿੱਚ, ਤਾਂ ਅਸੀਂ ਸਿਰਫ ਪੰਜ ਮਿੰਟ ਦੇ ਉਸੇ ਦਿਨ ਦੀਆਂ ਸਪੋਰਟ ਲਿਸਟਾਂ ਨੂੰ ਮਾਰਕ ਕਰਾਂਗੇ, ਪਿਛਲੀਆਂ ਨਹੀਂ ਕਰਾਂਗੇ। ਠੀਕ ਹੈ ਜੀ।
ਬਸ ਉਸੇ ਨੂੰ ਜ਼ੋਨ ਹੁਣ ਐਡਵਾਂਸ ਕਰੋ ਇੱਥੇ ਤੱਕ ਹੀ ਪੰਜ ਨੇ ਇੱਕ ਲਾਈਨ ਹੋਰ ਚੱਕੋ ਹਾਂ ਕਰੋ ਹੁਣ ਇਹਨੂੰ ਐਡਵਾਂਸ ਲੈਵਲ 'ਤੇ ਲੈ ਕੇ ਆਓ ਇਹਨੂੰ ਨਾ ਇਸ ਤਰ੍ਹਾਂ ਜ਼ੂਮ ਕਰ ਲੈਣਾ ਹੁੰਦਾ ਤਾਂ ਕਿ ਆਪਾਂ ਨੂੰ ਭੁਲੇਖਾ ਨਾ ਪਵੇ ਠੀਕ ਹੈ ਜੀ ਦੇਖੋ ਹੁਣ ਸਾਫ਼ ਸਾਫ਼ ਨਜ਼ਰ ਆ ਰਹੀਆਂ ਨਾ ਹੁਣ ਐਡਵਾਂਸ ਲਾਈਨ ਚੱਕੋ ਟੈਂਗਲ ਦੇ ਕੀ ਇਹ ਹੋਰ ਥੱਲੇ ਆ ਸਕਦਾ ਨਹੀਂ ਹਾਂਜੀ ਸ਼ਵੇਤਾ ਜੀ ਆ ਸਕਦਾ ਹੈ ਹਾਂਜੀ ਕਿੱਥੇ ਤੱਕ ਜਾ ਸਕਦਾ ਹੈ ਜਿੱਥੋਂ ਆਪਾਂ ਸ਼ੁਰੂ ਕੀਤਾ ਨਾ ਇਹ ਗ੍ਰੀਨ ਕੈਂਡਲ ਔਰ ਰੈੱਡ ਕੈਂਡਲ ਇਕੱਠੀ ਹੈ ਹਾਂਜੀ ਇਹ ਥੱਲੇ ਹੌਲੀ ਹੌਲੀ ਲੈ ਕੇ ਤਾਂ ਤੁਸੀਂ ਰੋਕੀਓ ਕਿੱਥੇ ਤੱਕ ਰੋਕਣਾ ਇਹਨੂੰ ਜੀ ਆਓ ਜੀ ਲੈ ਕੇ ਰੋਕਿਆ ਨੀ ਕਰਦੇ ਆਓ ਬੋਲੋ ਠੀਕ ਹੈ ਤੁਹਾਨੂੰ ਸਮਝਾਈ ਹੈ ਬਸ ਆਪਾਂ ਨੂੰ ਕੰਡੀਸ਼ਨ ਦੇਖ ਕੇ ਯਾਦ ਰੱਖੋ ਦੇਖੋ ਸਭ ਤੋਂ ਲੋ ਕੈਂਡਲ ਹੁਣ ਦੇਖੋ ਸਹੀ ਲੱਗਿਆ ਕਿਉਂਕਿ ਥੱਲੇ ਆਉਂਦੇ ਹੋਏ ਇੱਕ ਗ੍ਰੀਨ ਕੈਂਡਲ ਵੀ ਆ ਰਹੀ ਸੀ ਰੈੱਡ ਦੇ ਨਾਲ ਉਹਦੀ ਵਿਥ ਤੋਂ ਉੱਪਰ ਸੀ ਹੁਣ ਦੇਖੋ ਇਹਦੇ ਵਿੱਚ ਕਿੰਨੀਆਂ ਕੈਂਡਲਾਂ ਦੀ ਵਿਥ ਆ ਰਹੀ ਹੈ ਇੱਕ ਦੋ ਤਿੰਨ ਚਾਰ ਪੰਜ ਕੈਂਡਲਾਂ ਦੀ ਵਿਥ ਅੰਦਰ ਆ ਰਹੀ ਹੈ ਛੇਵੀਂ ਟੱਚ ਕੀਤੀ ਹੋਈ ਆ ਇਹ ਕਿਹੜਾ ਜ਼ੋਨ ਹੈਗਾ ਹਾਂਜੀ ਪੰਜ ਦੀ ਆ ਰਹੀ ਹੈ ਮੈਨੂੰ ਤਾਂ ਚਾਰ ਹੀ ਦਿਖ ਰਹੀ ਹੈ ਇੱਕ ਦੋ ਤਿੰਨ ਚਾਰ ਪੰਜ ਛੇਵੀਂ ਟੱਚ ਹੋ ਰਹੀ ਹੈ ਪੰਜਵੀਂ ਟੱਚ ਹੋ ਰਹੀ ਹੈ ਛੇਵੀਂ ਟੱਚ ਹੋ ਰਹੀ ਹੈ ਮੈਨੂੰ ਤਾਂ ਆ ਦੇਖੋ ਇੱਕ ਦੋ ਤਿੰਨ ਦੂਸਰੀ ਵਾਲੀ ਨਹੀਂ ਦਿਖ ਰਹੀ ਇੱਕ ਹੁਣ ਮੈਂ ਹੋਰ ਜ਼ੂਮ ਕਰ ਦਿੰਦਾ ਜੀ ਦੇਖੋ ਪੰਜ ਠੀਕ ਹੈ ਜੀ ਹੁਣ ਇਹਨੂੰ ਇਹ ਕੀ ਹੈਗਾ ਇੱਕ ਜ਼ੋਨ ਕ੍ਰੀਏਟ ਹੈ ਕਿ ਬਾਰ ਬਾਰ ਪ੍ਰਾਈਜ਼ ਇਸ ਜ਼ੋਨ ਨੂੰ ਟੱਚ ਕਰਕੇ ਥੱਲੇ ਡਿੱਗ ਰਿਹਾ ਠੀਕ ਹੈ ਤਾਂ ਅਗਰ ਅਸੀਂ ਇੱਕ ਲਾਈਨ ਖਿੱਚਦੇ ਤਾਂ ਤੁਹਾਨੂੰ ਉਸ ਲਾਈਨ ਖਿੱਚਣ ਔਰ ਇਸ ਜ਼ੋਨ ਦੇ ਵਿੱਚ ਫਰਕ ਸਮਝ ਆ ਗਿਆ ਹੋਵੇਗਾ ਠੀਕ ਹੈ ਕਿ ਪ੍ਰਾਈਜ਼ ਇੱਕ ਜ਼ੋਨ ਦੇ ਵਿੱਚ ਆ ਕੇ ਟੱਚ ਕਰਕੇ ਗਿਰਾਇਆ ਜਾਂਦਾ ਹੈਗਾ ਇੱਕ ਲਾਈਨ ਇੱਕ ਪੁਆਇੰਟ ਪਰਟੀਕੁਲਰ ਉਹ ਸਪੋਰਟ ਰਿਸਨ ਡਰਾ ਨਹੀਂ ਕਰ ਸਕਦਾ ਠੀਕ ਹੈ ਚਲ ਹੁਣ ਅਗਰ ਇਹਨੂੰ ਅਸੀਂ ਐਡਵਾਂਸ ਕਰਨਾ ਹੋਵੇ ਤਾਂ ਇਹ ਐਡਵਾਂਸ ਲੱਗ ਗਿਆ ਹੁਣ ਅਗਰ ਅਸੀਂ ਇਹਨੂੰ ਸੁਪਰ ਐਡਵਾਂਸ ਕਰਨਾ ਹੋਵੇ ਤਾਂ ਉਹਦੇ ਲਈ ਕੀ ਕਰਨਾ ਪੈਣਾ ਜਿਹੜੀ ਕੈਂਡਲ ਪਹਿਲਾਂ ਆ ਰਹੀ ਹੈਗੀ ਹੈ ਉਹਦੀ ਬਾਡੀ ਨੂੰ ਟੱਚ ਕਰਾ ਦੇਣਾ ਜਸਟ ਸੁਪਰ ਦੇ ਵਿੱਚ ਸਾਰੀਆਂ ਕੈਂਡਲਾਂ ਜਿੰਨੀਆਂ ਵੀ ਉਹਦੇ ਰੇਂਜ ਦੇ ਵਿੱਚ ਆਉਣਗੀਆਂ ਸਭ ਤੋਂ ਲੋ ਕੈਂਡਲ ਦਾ ਜਿਹੜਾ ਹਾਈ ਪੁਆਇੰਟ ਹੋਏਗਾ ਠੀਕ ਹੈ ਉਹਨੂੰ ਮਾਰਕ ਕਰਨਾ ਬਟ ਕੰਡੀਸ਼ਨ ਇਹ ਹੈ ਕਿ ਬਾਡੀ ਕਿਸੇ ਦੀ ਵੀ ਟੱਚ ਨਾ ਹੋਵੇ ਠੀਕ ਹੈ ਤੀਸਰਾ ਅਗਰ ਕੋਈ ਬਾਡੀ ਟੱਚ ਹੁੰਦੀ ਹੈ ਪਹਿਲਾਂ ਬਸ ਉੱਥੇ ਤੱਕ ਲਿਆ ਕੇ ਛੱਡ ਦਿੱਤਾ ਜਾਂਦਾ ਠੀਕ ਹੈ ਹੁਣ ਤੁਸੀਂ ਮੈਨੂੰ ਅਗਰ ਇਹ ਪੁੱਛੋਗੇ ਕਿ ਅਸੀਂ ਸਿੱਧਾ ਨੋਰਮਲ ਤੋਂ ਸੁਪਰ ਐਡਵਾਂਸ ਵੀ ਤਾਂ ਕਰ ਸਕਦੇ ਹਾਂ ਐਡਵਾਂਸ ਕਰਨ ਦੀ ਕੀ ਲੋੜ ਹੈ ਪਰ ਅੱਗੇ ਤੁਹਾਨੂੰ ਪਤਾ ਲੱਗੇਗਾ ਕਿ ਜਦੋਂ ਐਡਵਾਂਸ ਕਿਉਂ ਕੀਤਾ ਜਾਂਦਾ ਹੈਗਾ ਔਰ ਸੁਪਰ ਐਡਵਾਂਸ ਕਿਉਂ ਕੀਤਾ ਜਾਂਦਾ ਹੈਗਾ ਠੀਕ ਹੈ ਉਹ ਜਦੋਂ ਆਪਾਂ ਟ੍ਰੇਡਿੰਗ ਜ਼ੋਨ ਚਾਹਵਾਂਗੇ ਉਸ ਉਦੋਂ ਪਤਾ ਚੱਲੇਗਾ ਅੱਜ ਨਹੀਂ ਪਤਾ ਚੱਲੇਗਾ ਠੀਕ ਹੈ ਜੀ
ਐਸ ਤਾਂ ਕਲੀਅਰ ਹੋ ਗਿਆ। ਅੱਛਾ ਬੋਲੋ ਹੁਣ ਲੱਖ ਰੁਪਏ ਦੱਸੋ ਹੈਲੋ ਗੱਲ ਕਰੇ ਉਹ ਰੋਕੋਂਗੇ ਕਿੱਦਾਂ ਹੋਊਗਾ ਕਟਿੰਗ ਹੋ ਜਾਊਗੀ ਬਾਅਦ ਚ ਹੈਲੋ ਹਾਂਜੀ ਮੈਡਮ ਸਹੀ ਹੋ ਜਾਊ ਪਾਣੀ ਗੈਸ ਨਹੀਂ ਕਰਨਾ ਜੀ ਔਨ ਪੋਸਟ 650 ਦੱਸ ਦਿਓ ਪੁਰਾਣੇ ਸੂਚਕ ਸੀ ਇੰਚ ਹੁਣ ਆਪਾਂ ਚੱਲਦੇ ਹਾਂ ਜੀ ਅੱਗੇ ਕੈਂਡਲ ਦਾ ਬ੍ਰੇਕਆਊਟ ਕੀ ਹੈਗਾ ਠੀਕ ਹੈ ਹਾਂਜੀ ਇਹ 'ਚ ਸਿੰਪਲ ਜਿਹਾ ਲੌਜਿਕ ਹੈਗਾ ਜੀ ਮੰਨ ਕੇ ਚੱਲੋ ਤੁਸੀਂ ਇੱਕ ਸਪੋਰਟ ਰਜਿਸਟੈਂਟ ਡਰਾ ਕੀਤੀ ਹੋਈ ਹੈ ਠੀਕ ਹੈ ਸੋਰੀ ਸਪੋਰਟ ਰਜਿਸਟੈਂਟ ਦਾ ਬ੍ਰੇਕਆਊਟ ਆਪਾਂ ਪੜ੍ਹਨਾ ਸੀਗਾ ਉਸ ਤੋਂ ਪਹਿਲਾਂ ਤੁਹਾਨੂੰ ਕੈਂਡਲ ਦਾ ਬ੍ਰੇਕਆਊਟ ਪੜ੍ਹਨਾ ਪੈਣਾ ਜੀ ਠੀਕ ਹੈ ਕੈਂਡਲ ਦਾ ਬ੍ਰੇਕਆਊਟ ਕੀ ਹੁੰਦਾ ਅਗਰ ਇੱਕ ਇੱਕ ਕੈਂਡਲ ਹੈ ਤਾਂ ਇਹ ਇਹਦਾ ਹਾਈ ਪੁਆਇੰਟ ਹੈ ਇਹ ਇਹਦਾ ਲੋ ਪੁਆਇੰਟ ਹੈ ਠੀਕ ਹੈ ਜੀ ਇਹਤੋਂ ਅਗਲੀ ਕੈਂਡਲ ਇਸ ਤੋਂ ਅਗਲੀ ਕੈਂਡਲ ਅਗਰ ਇੱਥੇ ਬਣ ਜਾਂਦੀ ਹੈ ਇੱਦਾਂ ਕਰਕੇ ਠੀਕ ਹੈ ਤਾਂ ਨਾ ਇਹ ਉੱਪਰ ਨੂੰ ਬ੍ਰੇਕਆਊਟ ਹੋਇਆ ਨਾ ਇਹ ਥੱਲੇ ਨੂੰ ਬ੍ਰੇਕਆਊਟ ਹੋਇਆ ਠੀਕ ਹੈ ਬ੍ਰੇਕਆਊਟ ਆਪਾਂ ਕਿਹਨੂੰ ਪੜ੍ਹਨਾ ਅਗਰ ਕੋਈ ਵੀ ਕੈਂਡਲ ਇਸ ਹਾਈ ਤੋਂ ਉੱਪਰ ਜਾ ਕੇ ਕਲੋਜ਼ ਕਰੇ ਇਸ ਕੈਂਡਲ ਤੋਂ ਉੱਪਰ ਜਾ ਕੇ ਕਲੋਜ਼ ਕਰੇ ਠੀਕ ਹੈ ਜੀ ਤਾਂ ਇਹ ਕੈਂਡਲ ਦਾ ਬ੍ਰੇਕਆਊਟ ਹੋ ਗਿਆ ਚਾਹੇ ਕੱਲੀ ਵਿਕ ਉੱਪਰ ਚਲੀ ਜਾਏ ਕਿ ਬਾਡੀ 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 ਠੀਕ ਹੈ ਅਗਰ ਕੈਂਡਲ ਦਾ ਨੀਚੇ ਨੂੰ ਬ੍ਰੇਕਆਊਟ ਹੋ ਰਿਹਾ ਠੀਕ ਹੈ ਹੁਣ ਆ ਕੈਂਡਲ ਦਾ ਲੋ ਪੁਆਇੰਟ ਹੈ ਇਹ ਕੈਂਡਲ ਦਾ ਹਾਈ ਪੁਆਇੰਟ ਹੈ ਤਾਂ ਇਹ ਉੱਪਰ ਨੂੰ ਬ੍ਰੇਕਆਊਟ ਹੋ ਗਿਆ ਇਹ ਨੀਚੇ ਨੂੰ ਬ੍ਰੇਕਆਊਟ ਹੋ ਗਿਆ ਬ੍ਰੇਕਆਊਟ ਵਾਸਤੇ ਕਲੋਜ਼ਿੰਗ ਮਸਟ ਹੈ ਠੀਕ ਹੈ ਜੀ ਗੱਲ ਪਤਾ ਲੱਗੀ ਸ਼ਵੇਤਾ ਜੀ ਦੇਖੋ ਅਗਰ ਇੱਥੋਂ ਦੀ ਪ੍ਰਾਈਸ ਉੱਪਰ ਜਾ ਰਿਹਾ ਸੀ ਠੀਕ ਹੈ ਜੀ ਤਾਂ ਹੁਣ ਇਸ ਲਾਈਨ ਤੋਂ ਉੱਪਰ ਇਹ ਕੈਂਡਲ ਕਲੋਜ਼ ਹੋਈ ਹੈ ਕਲੀਅਰ ਹੈ ਤਾਂ ਤੁਹਾਨੂੰ ਪਤਾ ਲੱਗ ਰਿਹਾ ਕਿ ਜਦੋਂ ਇਸ ਕੈਂਡਲ ਉੱਪਰ ਕੈਂਡਲ ਕਲੋਜ਼ ਹੋ ਗਈ ਤਾਂ ਬ੍ਰੇਕਆਊਟ ਹੋ ਗਿਆ ਅਗਰ ਇਹਦੀ ਜਗ੍ਹਾ ਜਿਹੜੀ ਇੱਥੇ ਕੈਂਡਲ ਬਣਨੀ ਹੈ
ਉਹ ਇੱਦਾਂ ਦੀ ਬਣ ਜਾਵੇ। ਹੁਣ ਹਾਂਜੀ ਇਹ ਡਿਸਟੈਂਸ ਹੈਗੀ ਹੈ ਜੀ। ਮੈਂ ਕਹਿੰਦਾ ਇੱਥੇ ਜਿਹੜੀ ਕੈਂਡਲ ਬਣਨੀ ਹੈਗੀ ਹੈ ਇੱਦਾਂ ਬਣ ਜਾਵੇ, ਚਾਹੇ ਰੈੱਡ ਬਣੇ ਜਾਂ ਗ੍ਰੀਨ ਬਣੇ, ਆਪਾਂ ਉਹਦੇ ਉੱਤੇ ਨਹੀਂ ਜਾਵਾਂਗੇ। ਠੀਕ ਹੈ ਜੀ, ਹੁਣ ਦੱਸੋ ਇਸ ਕੈਂਡਲ ਨੇ ਇਸ ਜ਼ੋਨ ਦਾ ਬ੍ਰੇਕਆਊਟ ਕੀਤਾ ਜਾਂ ਨਹੀਂ ਕੀਤਾ? ਨਹੀਂ ਕੀਤਾ, ਨਹੀਂ ਕੀਤਾ। ਬੋਡੀ ਚਾਹੀਦੀ, ਬੋਡੀ ਉੱਪਰ ਚਾਹੀਦੀ ਹੈ ਨਾ ਜੀ ਜੀ। ਤਾਂ ਸੇਮ ਇਹੀ ਚੀਜ਼ ਹੁਣ ਇੱਥੇ ਆ ਜਾਓ, ਇੱਥੇ ਕੀ ਹੋਇਆ? ਬ੍ਰੇਕਆਊਟ ਹੋ ਗਿਆ, ਬ੍ਰੇਕਆਊਟ ਹੋ ਗਿਆ, ਬ੍ਰੇਕਆਊਟ ਹੋ ਗਿਆ। ਕਲੀਅਰ ਹੈ ਜੀ? ਤਾਂ ਇਸ ਤਰੀਕੇ ਨਾਲ ਹੀ ਚਾਹੇ ਇੱਕ ਕੈਂਡਲ ਤੋਂ ਹਾਈ ਤੋਂ ਉੱਪਰ ਅਗਲੀ ਕੈਂਡਲ ਜਾਵੇ ਔਰ ਉੱਥੇ ਕਲੋਜ਼ਿੰਗ ਕਰ ਦੇਵੇ, ਉਹਨੂੰ ਕਿਹਾ ਜਾਂਦਾ ਕੈਂਡਲ ਦਾ ਬ੍ਰੇਕਆਊਟ। ਠੀਕ ਹੈ, ਕਿਹੜੀ ਕੈਂਡਲ ਦਾ? ਪ੍ਰੀਵੀਅਸ ਕੈਂਡਲ ਦਾ। ਠੀਕ ਹੈ ਜੀ, ਮੰਨ ਕੇ ਚੱਲੋ ਇਸ ਕੈਂਡਲ ਦਾ ਬ੍ਰੇਕਆਊਟ ਇਸ ਕੈਂਡਲ ਨੇ ਉੱਪਰ ਜਾ ਕੇ ਕਰਤਾ, ਤਾਂ ਜਦੋਂ ਕੈਂਡਲ ਹਾਈ ਤੋਂ ਉੱਪਰ ਨਿਕਲ ਗਈ ਤਾਂ ਇਹਨੇ ਪਿਛਲੀ ਕੈਂਡਲ ਦਾ, ਪਿਛਲੀ ਕੈਂਡਲ ਦਾ ਬ੍ਰੇਕਆਊਟ ਕਰਤਾ। ਠੀਕ ਹੈ, ਅਗਰ ਇਹ ਕੈਂਡਲ ਉੱਪਰ ਜਾਂਦੀ ਜਾਂਦੀ ਵਾਪਸ ਆ ਗਈ, ਠੀਕ ਹੈ, ਮੰਨ ਕੇ ਚੱਲੋ ਇੱਕ ਕੈਂਡਲ ਨੂੰ ਬਣਨ ਵਾਸਤੇ 5 ਮਿੰਟ ਦਾ ਟਾਈਮ ਲੱਗਦਾ, ਪਹਿਲੇ 1 ਮਿੰਟ ਦੇ ਵਿੱਚ ਉਹ ਉੱਪਰ ਲੰਘ ਗਈ, ਪਹਿਲੇ 1 ਮਿੰਟ 'ਚ ਉੱਪਰ ਲੰਘ ਗਈ, ਹਜੇ ਉਹਨੂੰ ਕਲੋਜ਼ਿੰਗ ਹੋਣ ਨੂੰ 4 ਮਿੰਟ ਪਏ ਆ, ਤਾਂ ਉਹਨੂੰ ਕੀ ਕਿਹਾ ਜਾਏਗਾ? ਬ੍ਰੇਕਆਊਟ ਨਹੀਂ ਕਹਿ ਸਕਦੇ, ਪਰ ਕਹਿ ਕੀ ਸਕਦੇ ਆ? ਕੋਈ ਤਾਂ ਨਾਮ ਦੇਣਾ ਪਏਗਾ ਨਾ। ਠੀਕ ਹੈ, ਉਹਨਾਂ ਨੂੰ ਕਹਿੰਦੇ ਆ ਕੈਂਡਲ ਦਾ ਕ੍ਰੋਸ ਓਵਰ। ਮੰਨ ਕੇ ਚੱਲੋ ਅਗਰ ਇਹ ਕੈਂਡਲ ਰਨਿੰਗ ਟਾਈਮ ਦੇ ਵਿੱਚ ਇੱਦਾਂ ਦੀ ਬਣਦੀ ਪਈ ਹੋਏਗੀ ਇਸ ਤਰੀਕੇ ਨਾਲ, ਠੀਕ ਹੈ, ਤਾਂ ਇਹ ਹਜੇ ਕੈਂਡਲ ਦਾ ਕੀ ਹੋ ਗਿਆ? ਕ੍ਰੋਸ ਓਵਰ। ਠੀਕ ਹੈ, ਬਟ ਅਗਲੇ 4 ਮਿੰਟ 'ਚ ਕੈਂਡਲ ਵਾਪਸ ਆ ਕੇ ਕੁਛ ਇਸ ਤਰੀਕੇ ਦੀ ਬਣ ਗਈ। ਠੀਕ ਹੈ, ਕੁਛ ਇਸ ਤਰੀਕੇ ਦੀ ਬਣ ਗਈ, ਤਾਂ ਇਟ ਮੀਨਸ ਬ੍ਰੇਕਆਊਟ ਸਕਸੈਸਫੁਲ ਨਹੀਂ ਹੋਇਆ ਪਰ ਕ੍ਰੋਸ ਓਵਰ ਤਾਂ ਹੋਇਆ ਸੀ। ਦੋਨੋਂ ਸਿਚੁਏਸ਼ਨਾਂ 'ਚ ਫਰਕ ਆ ਗਿਆ ਕਿ ਪ੍ਰਾਈਜ਼ ਨੇ ਉੱਥੇ ਤੱਕ ਜਾਣ ਦੀ ਕੋਸ਼ਿਸ਼ ਕੀਤੀ ਪਰ ਰੁਕ ਨਹੀਂ ਪਾਇਆ, ਅਗਰ ਰੁਕ ਜਾਂਦਾ ਤਾਂ ਬ੍ਰੇਕਆਊਟ ਹੋ ਜਾਂਦਾ, ਪਰ ਕੋਸ਼ਿਸ਼ ਕੀਤੀ ਤਾਂ ਵਾਪਿਸ ਆ ਗਿਆ ਪਰ ਉਹਨੇ ਕੈਂਡਲ ਦਾ ਪਿਛਲੇ ਹਾਈ ਦਾ ਕ੍ਰੋਸ ਓਵਰ ਕੀਤਾ। ਠੀਕ ਹੈ, ਜਿਹੜੇ ਛੋਟੇ ਛੋਟੇ ਪੁਆਇੰਟ ਆ ਤੁਹਾਨੂੰ ਅੱਗੇ ਜਾ ਕੇ ਪਤਾ ਲੱਗਣਗੇ ਜੀ ਇਹ ਕੀ ਮੈਨੇ ਦਿਖਾਉਂਦੇ ਆ, ਤਾਂ ਮੈਂ ਇੱਥੇ ਇੱਕ ਤੁਹਾਨੂੰ ਕ੍ਰੋਸ ਓਵਰ ਦੀ ਵੀ ਐਗਜ਼ਾਮਪਲ ਬਣਾ ਕੇ ਦਿਖਾ ਦਿੰਦਾ। ਬ੍ਰੇਕਆਊਟ ਪਤਾ ਲੱਗ ਗਿਆ, ਕਲੀਅਰ ਹੈ ਨਾ? ਹੁਣ ਆਪਾਂ ਇੱਥੇ ਚੱਲਦੇ ਹਾਂ ਕੈਂਡਲ ਦੇ ਕ੍ਰੋਸ ਓਵਰ 'ਤੇ। ਸੇਮ ਇੱਕ ਕੈਂਡਲ, ਇਹਦਾ ਹਾਈ ਇਹਦਾ ਲੋ, ਹਾਈ ਪੁਆਇੰਟ ਲੋ ਪੁਆਇੰਟ,
ਹੁਣ ਅਗਰ ਇੱਕ ਕੈਂਡਲ ਇੱਥੇ ਬੰਦੀ ਪਈ ਹੈ, ਬੰਦੀ ਬੰਦੀ ਉਹ ਉੱਪਰ ਜਾ ਰਹੀ ਹੈ, ਠੀਕ ਹੈ ਜੀ, ਉੱਪਰ ਜਾ ਕੇ ਉਹੀ ਕੈਂਡਲ ਵਾਪਿਸ ਆ ਗਈ ਔਰ ਇੱਥੇ ਆ ਕੇ ਕਲੋਜ਼ ਕਰ ਜਾਂਦੀ ਹੈ, ਤਾਂ ਇਟ ਮੀਨਸ ਇਹ ਕੈਂਡਲ ਦਾ ਕਰੋਸ ਓਵਰ ਹੋਇਆ ਜੀ, ਠੀਕ ਹੈ ਜੀ। ਅਗਰ ਇੱਕ ਕੈਂਡਲ ਇੱਥੋਂ ਦੀ ਥੱਲੇ ਨੂੰ ਆ ਜਾਂਦੀ ਹੈ, ਠੀਕ ਹੈ ਜੀ, ਔਰ ਜਾਂਦੀ ਜਾਂਦੀ ਫਿਰ ਉੱਪਰ ਚਲੇ ਜਾਂਦੀ ਹੈ ਔਰ ਇੱਥੇ ਆ ਕੇ ਕਲੋਜ਼ ਹੋ ਜਾਂਦੀ ਹੈ, ਤਾਂ ਇਹ ਕੀ ਹੋਇਆ, ਕੈਂਡਲ ਦਾ ਕਰੋਸ ਓਵਰ ਜ਼ਰੂਰ ਹੋਇਆ ਸੀ। ਪਰ ਬ੍ਰੇਕਆਊਟ ਨਹੀਂ ਹੋਇਆ, ਠੀਕ ਹੈ ਜੀ। ਦੋਨੋਂ ਸਿਚੁਏਸ਼ਨਾਂ ਤੁਹਾਨੂੰ ਸਮਝ ਆ ਗਈਆਂ, ਇਹ ਅੱਗੇ ਤੁਹਾਨੂੰ ਲਾਈਵ ਪਤਾ ਅੱਗੇ ਚੱਲੂਗੀਆਂ ਜੀ ਇਹ, ਠੀਕ ਹੈ ਜੀ। ਔਰ ਹਮੇਸ਼ਾ ਅਸੀਂ ਜਦੋਂ ਵੀ ਐਂਟਰੀ ਕਰਨੀ ਹੈ ਤੁਹਾਨੂੰ ਸਿਖਾਈ ਜਾਏਗੀ ਬ੍ਰੇਕਆਊਟ 'ਤੇ ਕਰਨੀ ਹੈ ਜਾਂ ਬ੍ਰੇਕ ਕਰੋਸਓਵਰ 'ਤੇ ਕਰਨੀ ਹੈ, ਠੀਕ ਹੈ ਜੀ। ਇਸ ਤੋਂ ਬਾਅਦ ਚੱਲਦੇ ਹਾਂ ਆਪਾਂ ਰੀਟਰੇਸ 'ਤੇ। ਰੀਟੈਸਟ ਕਹਿ ਦਿੰਦੇ ਇਹਨੂੰ, ਵੈਸੇ ਰੀਟਰੇਸ ਔਰ ਰੀਟੈਸਟ ਮੈਂ ਤਾਂ ਉਹਨੂੰ ਸੇਮ ਹੀ ਕਹਿੰਦਾ, ਪਰ ਕਈਆਂ ਦੀ ਲੈਂਗੁਏਜ 'ਚ ਫਰਕ ਆ ਜਾਂਦਾ, ਅਸੀਂ ਕਹਿੰਦੇ ਹਾਂ ਇਹਨੂੰ ਰੀਟੈਸਟ, ਠੀਕ ਹੈ ਜੀ। ਰੀਟੈਸਟ ਕੀ ਹੁੰਦਾ, ਪਹਿਲਾਂ ਆਪਾਂ ਰਜਿਸਟੈਂਸ ਦਾ ਰੀਟੈਸਟ ਦੇਖਣ ਚੱਲਦੇ ਹਾਂ। ਪ੍ਰਾਈਸ ਗ੍ਰੀਨ ਕੈਂਡਲ ਬਣਾਉਂਦਾ ਉੱਪਰ ਜਾ ਰਿਹਾ, ਠੀਕ ਹੈ ਜੀ। ਇੱਥੇ ਆ ਕੇ ਉਹਨੇ ਕਰਤਾ ਬ੍ਰੇਕਆਊਟ, ਠੀਕ ਹੈ ਜੀ। ਇਸ ਤੋਂ ਬਾਅਦ ਤੁਸੀਂ ਕੀ ਦੇਖਿਆ, ਪ੍ਰਾਈਸ ਥੱਲੇ ਨੂੰ ਮੂਵ ਕਰ ਗਿਆ, ਠੀਕ ਹੈ ਜੀ। ਹੁਣ ਇੱਥੋਂ ਪ੍ਰਾਈਸ ਫਿਰ ਦੁਬਾਰਾ ਤੋਂ ਉੱਪਰ ਚੱਲਣਾ ਸ਼ੁਰੂ ਹੋ ਗਿਆ, ਤਾਂ ਆ ਪਹਿਲਾਂ ਕੀ ਸੀਗੀ, ਸਪੋਰਟ। ਸ਼ਾਬਾਸ਼। ਦੇਖੋ ਪ੍ਰਾਈਜ਼ ਨੇ ਬ੍ਰੇਕਆਊਟ ਕੀਤਾ, ਤਾਂ ਇਹ ਪਹਿਲਾਂ ਕੀ ਸੀਗੀ, ਰਿਸਟੈਂਸ। ਜਦੋਂ ਪ੍ਰਾਈਜ਼ ਇਹਨੂੰ ਰਿਟਰੇਸ ਕਰਨ ਲਈ ਆਇਆ, ਇਹ ਕਾਹਦਾ ਕੰਮ ਕਰੇਗੀ, ਸਪੋਰਟ ਦਾ ਕਰੇਗੀ ਨਾ, ਤਾਂ ਇਹ ਸਪੋਰਟ ਲੈ ਕੇ ਉੱਪਰ ਚਲੇਗੀ, ਤਾਂ ਆਹ ਪੁਆਇੰਟ ਹੁਣ ਸਪੋਰਟ ਬਣ ਗਿਆ। ਭੁੱਲਣਾ ਨਹੀਂ ਹੈ ਜੀ ਇਹ, ਠੀਕ ਹੈ। ਇਹਨੂੰ ਕਿਹਾ ਜਾਂਦਾ ਰੀਟੈਸਟ, 90% ਇਹੀ ਕਰਦੀ ਹੈ ਬਾਜ਼ਾਰ, ਧਿਆਨ ਰੱਖਣਾ, ਠੀਕ ਹੈ ਜੀ। ਜਦੋਂ ਰੈਸਿਸਟੈਂਸ ਸਪੋਰਟ ਬਣ ਜਾਂਦੀ ਹੈ ਤਾਂ ਉਹਨੂੰ ਰੀਟੈਸਟ ਕਹਿੰਦੇ ਹਾਂ, ਉਹਨੂੰ ਰੀਟੈਸਟ ਕਹਿੰਦੇ ਆ ਜੀ, ਠੀਕ ਹੈ। ਕਿਉਂਕਿ ਪਹਿਲਾਂ ਤੁਹਾਨੂੰ ਇਹ ਸਮਝਾਈਆਂ ਗਈਆਂ ਸੀਗੀਆਂ, ਨਾਮ ਨਹੀਂ ਸੀ ਦੱਸੇ ਗਏ ਕਿਉਂਕਿ ਉਲਝ ਜਾਣਾ ਸੀ ਤੁਸੀਂ ਕਿ ਇਹਨੂੰ ਇਹ ਕਿਹਾ ਜਾਂਦਾ, ਇਹਨੂੰ ਇਹ ਕਿਹਾ ਜਾਂਦਾ। ਹੁਣ ਤੁਹਾਡੇ ਮਨ ਦੇ ਵਿੱਚ ਇਹ ਚੀਜ਼ ਕਨਫਰਮ ਹੋ ਚੁੱਕੀ ਹੈ ਕਿ ਇਹ ਚੀਜ਼ ਮੈਂ ਪਹਿਲਾਂ ਵੀ ਦੇਖੀ ਹੈ, ਠੀਕ ਹੈ।
ਤਾਂ ਉਦੋਂ ਤੁਹਾਨੂੰ ਦੱਸਿਆ ਗਿਆ ਸੀ ਕਿ ਰਜਿਸਟਰਸ ਇਸ ਜਗ੍ਹਾ 'ਤੇ ਸਪੋਰਟ ਬਣਦੀ ਹੈ, ਠੀਕ ਹੈ, ਬਟ ਐਕਚੁਅਲ ਉਹਨੂੰ ਕਿਹਾ ਜਾਂਦਾ ਰੀਟੈਸਟ ਕਰਨ ਆਈ ਹੈ, ਬਾਜ਼ਾਰ ਇੱਥੋਂ ਦੀ ਉੱਪਰ ਆਇਆ ਦੁਬਾਰਾ ਦੀ ਸਪੋਰਟ ਲੈਵਲ ਤੋਂ ਟੱਚ ਕਰਕੇ ਫਿਰ ਦੁਬਾਰਾ ਤੋਂ ਉੱਪਰ ਚਲੇ ਜਾਂਦਾ, ਠੀਕ ਹੈ। ਅਗਰ ਇਹ ਇੱਕ ਵਾਰੀ ਹੋ ਗਿਆ ਇੱਦਾਂ, ਬਹੁਤ ਅੱਛੀ ਗੱਲ ਹੈ, ਦੂਜੀ ਵਾਰੀ ਹੋ ਗਿਆ ਇੱਦਾਂ, ਬਹੁਤ ਅੱਛੀ ਗੱਲ ਹੈ, ਰਿਟਰੇਸ। ਅਗਰ ਤੀਜੀ ਵਾਰ ਕਰਨ ਆਇਆ ਤਾਂ ਇੱਥੇ ਐਂਟਰੀ ਨਹੀਂ ਕਰਨੀ, ਨੋ ਐਂਟਰੀ। ਇੱਥੇ ਐਂਟਰੀ ਕਰ ਸਕਦੇ ਹੋ, ਇੱਥੇ ਐਂਟਰੀ ਕਰ ਸਕਦੇ ਹੋ, ਠੀਕ ਹੈ। ਅਗਰ ਤੀਸਰੀ ਵਾਰੀ ਆਇਆ ਤਾਂ ਐਂਟਰੀ ਨਹੀਂ ਕਰਨੀ, ਇਹਨੂੰ ਜਾਣ ਦੇਣਾ, ਇਹ ਲਿਖ ਲੈਣਾ ਜੀ ਆਪਣੇ ਕੋਲ। ਫਸਟ ਟਾਈਮ, ਸੈਕਿੰਡ ਟਾਈਮ, ਥਰਡ ਟਾਈਮ, ਨੋ, ਠੀਕ ਹੈ ਜੀ। ਕਿਉਂਕਿ ਜਿਹੜਾ ਪ੍ਰਾਈਜ਼ ਦੋ ਵਾਰੀ ਟੱਚ ਕਰਕੇ ਆ ਕੇ ਤੀਜੀ ਵਾਰੀ ਵੀ ਟੱਚ ਕਰਨ ਆਉਂਦਾ, ਹੋ ਸਕਦਾ ਉਹ ਤੀਜੀ ਵਾਰੀ ਨੀਚੇ ਨਿਕਲ ਜਾਵੇ, ਠੀਕ ਹੈ ਜੀ। ਹੁਣ ਇਸ ਚੀਜ਼ ਦੇ ਵਿੱਚ ਧਿਆਨ ਨਾਲ ਸਮਝੀ ਜਾਣਾ। ਹੁਣ ਹੁਣੇ ਤੁਹਾਨੂੰ ਮੈਂ ਅੱਗੇ ਅੱਗੇ ਕੁਛ ਹੋਰ ਵੀ ਪੁੱਛਣਾ। ਹੁਣ ਸੇਮ ਇਹੀ ਚੀਜ਼, ਪ੍ਰਾਈਜ਼ ਅਗਰ ਨੀਚੇ ਆ ਰਿਹਾ, ਉਹਨੇ ਲਾਈਨ ਕਾਹਦਾ ਕੰਮ ਕਰ ਰਹੀ ਸੀ, ਸਪੋਰਟ ਦਾ, ਪਹਿਲੇ ਸਪੋਰਟ ਦਾ, ਜੀ, ਠੀਕ ਹੈ ਜੀ। ਹੁਣ ਕੀ ਹੋ ਗਿਆ, ਸਪੋਰਟ ਦਾ ਰੈਜ਼ਿਸਟੈਂਸ ਬਣ ਗਿਆ। ਸ਼ਵੇਤਾ ਜੀ, ਸਪੋਰਟ ਕੀ ਬਣ ਗਈ, ਰੈਜ਼ਿਸਟੈਂਸ, ਹਾਂ ਰੈਜ਼ਿਸਟੈਂਸ ਬਣ ਗਈ। ਇਹ ਬ੍ਰੇਕ ਡਾਊਨ ਹੋ ਗਏ ਜੀ, ਬਿਲਕੁਲ। ਥੱਲੇ ਨੂੰ ਜੇ ਹੁੰਦਾ ਫਿਰ ਬ੍ਰੇਕ ਡਾਊਨ, ਉੱਪਰ ਨੂੰ ਬ੍ਰੇਕ ਆਊਟ, ਦੋਨੋਂ ਪਾਸੇ ਸੀ ਬ੍ਰੇਕ ਆਊਟ ਹੀ ਕਹਿੰਦੇ ਆ, ਡਾਊਨ ਡਾਊਨ ਆਪਾਂ ਕਨਫਿਊਜ਼ ਹੋਣਾ ਹੀ ਨਹੀਂ। ਅੱਛਾ ਜੀ, ਉੱਪਰ ਨੂੰ ਆ ਬ੍ਰੇਕ ਆਊਟ, ਥੱਲੇ ਨੂੰ ਆ ਤਾਂ ਵੀ ਬ੍ਰੇਕ ਆਊਟ, ਠੀਕ ਹੈ ਜੀ। ਚਾਹੇ ਇੱਥੋਂ ਵੀ ਆ ਸਕਦੀ ਹੈ, ਹੋ ਸਕਦਾ ਪ੍ਰਾਈਜ਼ ਕਈ ਵਾਰ ਇੱਥੋਂ ਹੀ ਮੁੜ ਜਾਂਦਾ ਹੈਗਾ, ਓਕੇ, ਕਿਉਂਕਿ ਮੈਂ ਤੁਹਾਨੂੰ ਪਹਿਲਾਂ ਕਿਹਾ ਕਿ ਇਹ ਕੋਈ, ਹੁਣ ਇਸ ਜਗ੍ਹਾ ਤੇ ਕੀ ਬਣੀ ਜੀ ਇਹ ਰੈਜ਼ਿਸਟੈਂਸ ਜਿਹੜੀ ਸਪੋਰਟ ਬਣੀ ਸੀ, ਹੁਣ ਕੀ ਬਣ ਰਹੀ ਹੈ ਰੈਜ਼ਿਸਟੈਂਸ। ਸਪੈਲਿੰਗ ਤੁਸੀਂ ਦੇਖ ਸਕਦੇ ਹੋ, ਬਸ ਆਪਾਂ ਨੂੰ ਮੇਨ ਚੀਜ਼ ਮੈਨੇ ਦਿਖਾਉਣੀ ਹੈ। ਸੇਮ ਇਸ ਜਗ੍ਹਾ ਤੋਂ ਤੁਸੀਂ ਐਂਟਰੀ ਕਰ ਸਕਦੇ ਹੋ, ਠੀਕ ਹੈ ਜੀ, ਥੱਲੇ ਨੂੰ। ਅਗਰ ਪ੍ਰਾਈਜ਼ ਸੇਮ ਇਸ ਇੱਕ ਵਾਰੀ ਹੋਰ ਇਹਨੂੰ ਰੀਟਰੇਸ ਕਰਕੇ ਫਿਰ ਮੁੜਦਾ ਪਿਆ, ਇੱਥੇ ਵੀ ਐਂਟਰੀ ਕਰ ਸਕਦੇ ਹੋ, ਬਣਾ ਲਾਂਗੇ, ਮੈਂ ਬੰਦ ਕਰਨ ਲੱਗਾ, ਕਿਉਂਕਿ ਬਸ ਤੁਸੀਂ ਇਹ ਦੇਖਣਾ ਹੈਗਾ ਇੱਕ ਵਾਰੀ ਅਗਰ ਐਂਟਰੀ ਆਪਾਂ ਨੂੰ ਮਿਲ ਜਾਂਦੀ ਹੈ ਰੀਟਰੇਸ 'ਤੇ ਆਪਾਂ ਕਰ ਲੈਣੀ ਹੈ, ਦੂਜੀ ਵਾਰੀ ਮਿਲਦੀ ਹੈ ਕਰ ਲੈਣੀ ਹੈ, ਤੀਸਰੀ ਵਾਰੀ ਅਗਰ ਮਿਲਦੀ ਹੈ ਤਾਂ ਚਾਹ ਕੇ ਵੀ ਨਹੀਂ ਕਰਨੀ, ਚਾਹੇ ਪ੍ਰਾਈਜ਼ ਜਿੰਨਾ ਮਰਜ਼ੀ ਥੱਲੇ ਗਿਰ ਜਾਵੇ, ਧਿਆਨ ਰੱਖਣਾ ਅਸੀਂ ਟ੍ਰੈਪ ਨਹੀਂ ਹੋਣਾ, ਠੀਕ ਹੈ ਜੀ। ਤਾਂ ਇਹ ਸਪੋਰਟ ਕਦੋਂ ਰਿਸਟੈਂਸ ਬਣਦੀ ਹੈ, ਰਿਸਟੈਂਸ ਕਦੋਂ ਸਪੋਰਟ ਬਣਦੀ ਹੈ, ਇਸ ਤਰੀਕੇ ਨਾਲ ਆਪਾਂ ਸਮਝਦੇ ਹਾਂ, ਠੀਕ ਹੈ। ਹੁਣ ਅਗਲਾ ਚੈਪਟਰ ਮੈਂ ਤੁਹਾਨੂੰ ਦੋ ਮਿੰਟ ਸਮਝਾਉਣਾ, ਪਰ ਲਾਈਨ 'ਤੇ ਰਹੀ ਹੋ ਜੀ।
ਹੁਣ ਤੱਕ ਅਸੀਂ ਇਹ ਸਮਝਿਆ ਹੈਗਾ ਬ੍ਰੇਕਆਊਟ ਕੀ ਹੁੰਦਾ, ਠੀਕ ਹੈ, ਔਰ ਬ੍ਰੇਕਆਊਟ ਰੀਟੈਸਟ ਕੀ ਹੁੰਦਾ, ਕੈਂਡਲ ਦਾ ਬ੍ਰੇਕਓਵਰ ਕੀ, ਬ੍ਰੇਕਆਊਟ ਕੀ ਹੈ, ਔਰ ਕੈਂਡਲ ਦਾ ਕਰੋਸ ਓਵਰ ਕੀ ਹੈ, ਠੀਕ ਹੈ। ਸੇਮ ਇਹੀ ਚੀਜ਼ ਅਗਰ ਬ੍ਰੇਕਆਊਟ 'ਤੇ ਵੈਲਿਡ ਹੋਏਗੀ, ਕਰੋਸ ਓਵਰ, ਇਹਨੂੰ ਬ੍ਰੇਕਆਊਟ ਕਰੋਸ ਓਵਰ ਵੀ ਕਹਿ ਦਿੰਦੇ ਆ, ਠੀਕ ਹੈ। ਇੱਦਾਂ ਪੋਸੀਬਲ ਹੈ, ਇੱਕ ਜ਼ੋਨ ਕੋਲ ਲਾਈਨ ਆਈ, ਮਤਲਬ ਕੈਂਡਲ ਆਈ, ਠੀਕ ਹੈ, ਅਗਲੀ ਕੈਂਡਲ ਬ੍ਰੇਕਆਊਟ ਤੱਕ ਪਹਿਲੀ ਕੈਂਡਲ ਕਰ ਗਈ, ਅਗਲੀ ਕੈਂਡਲ ਇੱਥੋਂ ਵਾਪਿਸ ਆ ਜਾਵੇ। ਇੱਕ ਮੈਂ ਤੁਹਾਨੂੰ ਚਾਰਟ ਬਣਾ ਕੇ ਦਿਖਾਉਣਾ, ਸ਼ਾਇਦ ਦਾ ਖਿਚੜੀ ਬਾਕੀ ਸਮਝ ਨਹੀਂ ਆਈ ਹੋਏਗੀ। ਮੰਨ ਕੇ ਚੱਲੋ ਆਹ ਇੱਕ ਰਿਸਟੈਂਸ ਹੈ, ਮਾਰਕੀਟ ਦੇ ਕੋਲ ਆਈ, ਠੀਕ ਹੈ, ਤਾਂ ਬ੍ਰੇਕਆਊਟ ਕਰਨ ਦੀ ਕੋਸ਼ਿਸ਼ ਹੋਈ, ਇਹੀ ਕੈਂਡਲ ਵਾਪਿਸ ਆ ਗਈ, ਠੀਕ ਹੈ, ਕਿ ਇਹ ਕੈਂਡਲ ਦਾ ਕਰੋਸ ਓਵਰ ਹੋ ਗਿਆ, ਠੀਕ ਹੈ। ਤਾਂ ਮੈਂ ਕਹਿ ਰਿਹਾ ਕਿ ਇਹ ਚੀਜ਼ ਇਸ ਜਗ੍ਹਾ 'ਤੇ ਵੀ ਪੋਸੀਬਲ ਹੈ ਇੱਥੇ, ਠੀਕ ਹੈ। ਮੰਨ ਕੇ ਚੱਲੋ ਆ ਕੈਂਡਲ ਇੱਥੇ ਆ ਕੇ ਕਲੋਜ਼ ਹੋਈ, ਅਗਲੀ ਕੈਂਡਲ ਨੇ ਬ੍ਰੇਕਆਊਟ ਕਰਨ ਦੀ ਕੋਸ਼ਿਸ਼ ਕੀਤੀ, ਪਰ ਇਹੀ ਕੈਂਡਲ ਵਾਪਿਸ ਆ ਗਈ, ਠੀਕ ਹੈ। ਤਾਂ ਇਹਨੂੰ ਬ੍ਰੇਕਆਊਟ ਕਰੋਸ ਓਵਰ ਵੀ ਕਿਹਾ ਜਾਂਦਾ ਹੈਗਾ, ਇੱਥੇ ਟ੍ਰੈਪ ਹੋ ਜਾਂਦੇ ਆ ਬੰਦੇ, ਠੀਕ ਹੈ। ਕਿਉਂਕਿ ਮੰਨ ਕੇ ਚੱਲੋ ਇੱਕ ਕੈਂਡਲ ਦਾ ਤੁਸੀਂ ਕਲੋਜ਼ਿੰਗ ਨਹੀਂ ਦੇਖੀ ਔਰ ਤੁਹਾਨੂੰ ਲੱਗਿਆ ਕਲੋਜ਼ ਬ੍ਰੇਕਆਊਟ ਹੋ ਗਿਆ, ਕੈਂਡਲ ਨੂੰ ਕਲੋਜ਼ ਹੋਣ ਨੂੰ 1 ਮਿੰਟ 2 ਮਿੰਟ 3 ਮਿੰਟ ਇੱਥੇ ਤੱਕ 10 ਸੈਕਿੰਡ ਵੀ ਪਏ ਸੀਗੇ, ਠੀਕ ਹੈ, ਤੁਸੀਂ ਉਨੀ ਵੀ ਵੇਟ ਨਹੀਂ ਕੀਤੀ ਔਰ ਐਂਟਰੀ ਕਰ ਲਈ, ਤਾਂ ਹੋ ਸਕਦਾ ਤੁਸੀਂ ਉਹ 10 ਸੈਕਿੰਡ ਟ੍ਰੈਪ ਹੋ ਜਾਓ, ਠੀਕ ਹੈ। ਤਾਂ ਇਸ ਲਈ ਜਦ ਤੱਕ ਸ਼ਿਕਾਰੀ, ਜਿਹੜਾ ਸ਼ਿਕਾਰ ਹੈ, ਸ਼ਿਕਾਰੀ ਦੇ ਕੋਲੇ ਨਹੀਂ ਆਉਂਦਾ, ਤਾਂ ਬੰਦੂਕ ਨਹੀਂ ਚਲਾਉਣੀ ਜੀ, ਠੀਕ ਹੈ ਜੀ। ਆ ਜਾਏਗਾ ਜਾਲ ਦੇ ਵਿੱਚ, ਫਸੇਗਾ, ਫਿਰ ਚਲਾਵਾਂਗੇ ਬੰਦੂਕ ਜੀ, ਫਿਰ ਤਾਂ ਜਿੰਨੀ ਵਾਰ ਮਰਜ਼ੀ ਉਹਨੂੰ ਕੁੱਟੋ, ਠੀਕ ਹੈ। ਦੂਸਰਾ ਆਪਾਂ ਅੱਜ ਇੱਕ ਚੀਜ਼ ਹੋਰ ਸਮਝਣੀ ਹੈਗੀ ਹੈ, ਉਹ ਹੈਗਾ ਇਹ ਇੱਕ ਰਿਸਟੈਂਸ ਹੈ, ਇਹ ਇੱਕ ਸਪੋਰਟ ਹੈ, ਠੀਕ ਹੈ, ਇਹ ਇੱਕ ਸਪੋਰਟ ਹੈ, ਇਹ ਇੱਕ ਰਿਸਟੈਂਸ ਹੈ। ਤੁਸੀਂ ਸਪੋਰਟ ਔਰ ਰਿਸਟੈਂਸ ਦਾ ਫਾਇੰਡ ਆਊਟ ਕਰ ਹੀ ਲਓਗੇ, ਠੀਕ ਹੈ। ਮੰਨ ਕੇ ਚੱਲੋ ਮਾਰਕੀਟ ਇੱਥੋਂ ਦੀ ਉੱਪਰ ਆ ਰਹੀ ਸੀ, ਠੀਕ ਹੈ ਜੀ, ਔਰ ਇਸ ਤੋਂ ਬਾਅਦ ਮਾਰਕੀਟ ਰੀਟੇਕ ਕਰਨ ਆਈ ਸੀ, ਰੀਟੇਕ ਕਰਨ ਦੀ ਬਜਾਏ ਥੱਲੇ ਨਿਕਲ ਗਈ, ਚੰਗੀ ਚੀਜ਼ ਦਾ ਧਿਆਨ ਦਿਓ ਮਾੜਾ ਜਿਹਾ, ਕਿ ਮਾਰਕੀਟ ਇੱਥੋਂ ਦੀ ਥੱਲੇ ਨਿਕਲ ਗਈ, ਠੀਕ ਹੈ। ਤਾਂ ਮਾਰਕੀਟ ਨੇ ਸਪੋਰਟ ਦਾ ਬ੍ਰੇਕਆਊਟ ਕੀਤਾ, ਹੁਣ ਰਿਸਟੈਂਸ ਬਣ ਜਾਏਗੀ, ਪਰ ਫਿਰ ਮਾਰਕੀਟ ਉੱਪਰ ਚਲੇਗੀ, ਠੀਕ ਹੈ ਜੀ। ਅਤੇ ਇਸ ਵਾਲੇ ਨੂੰ ਕੀ ਕਹਾਂਗੇ ਔਰ ਇਸ ਵਾਲੇ ਨੂੰ ਕੀ ਕਹਾਂਗੇ, ਇਸ ਵਾਲੇ ਨੂੰ ਬ੍ਰੇਕਆਊਟ ਕਵਾਂਗੇ, ਠੀਕ ਹੈ, ਔਰ ਜਦੋਂ ਬਾਜ਼ਾਰ ਨੀਚੇ ਆ ਗਿਆ ਫਿਰ ਇਸ ਵਾਲੇ ਨੂੰ ਕੀ ਕਵਾਂਗੇ,
ਇਹਨੂੰ ਵੀ ਬ੍ਰੇਕਆਊਟ ਕਵਾਂਗੇ, ਠੀਕ ਹੈ। ਦੇਖੋ ਬ੍ਰੇਕਆਊਟ ਤੁਹਾਨੂੰ ਦੋਨਾਂ ਨੂੰ ਕਲੈਰੀਫਿਕੇਸ਼ਨ ਦੇ ਅੱਗੇ ਤਰੀਕੇ ਨਾਲ ਸਮਝ ਆ ਗਿਆ। ਹੁਣ ਇੱਥੇ ਇੱਕ ਛੋਟੀ ਜਿਹੀ ਆਪਾਂ ਚੇਂਜਿੰਗ ਕਰਨੀ ਹੈ, ਚੇਂਜਿਸ ਕੀ ਕਰਨੀ ਹੈ, ਜਦੋਂ ਕਦੀ ਬਜ਼ਾਰ ਨੀਚੋ ਦੀ ਉੱਪਰ ਜਾਵੇ ਇਸ ਤਰੀਕੇ ਨਾਲ ਜਾ ਰਿਹਾ, ਇੱਕ ਰਿਸਟੈਂਸ ਦਾ ਬ੍ਰੇਕਆਊਟ ਕਰ ਗਿਆ, ਅਗਲੀ ਵਾਰੀ ਇਹਨੂੰ ਸਪੋਰਟ ਦਾ ਕੰਮ ਕਰਨਾ ਚਾਹੀਦਾ ਸੀ। ਅਗਰ ਇਹ ਰਿਸਟੈਂਸ ਇਹਨੂੰ ਰੋਕ ਹੀ ਨਹੀਂ ਪਾਈ ਥੱਲੇ ਆਉਣ ਤੋਂ, ਤਾਂ ਇਹ ਛੱਤ ਕਾਹਦੀ ਆ ਜਿਹੜੀ ਬਾਰਿਸ਼ ਹੀ ਨਾ ਰੋਕ ਪਾਵੇ, ਠੀਕ ਹੈ ਜੀ। ਕਿਉਂਕਿ ਇਹ ਜਿਹੜਾ ਲੈਵਲ ਸੀਗਾ ਇਹਨੇ ਡਿਸਟੈਂਸ ਦਾ ਕੰਮ ਕਰਨਾ ਸੀ। ਹੁਣ ਜਦੋਂ ਇਸ ਛੱਤ ਨੂੰ ਤੋੜ ਕੇ ਬਾਜ਼ਾਰ ਉੱਪਰ ਚਲਾ ਗਿਆ ਤਾਂ ਇਹਨੂੰ ਅਗਲੀ ਵਾਰੀ ਸਪੋਰਟ ਦਾ ਕੰਮ ਕਰਨਾ ਚਾਹੀਦਾ ਸੀ, ਤਾਂ ਇਹ ਨਹੀਂ ਕੀਤੀ, ਤਾਂ ਸਾਡੇ ਲਈ ਇਹ ਜਿਹੜੀ ਡਿਸਟੈਂਸ ਹੈ ਇਹ ਅਨਵੈਲਿਡ ਹੋ ਜਾਏਗੀ, ਨਵੀਂ ਰਜਿਸਟੈਂਸ ਇਹ ਕ੍ਰੀਏਟ ਹੋ ਜਾਏਗੀ, ਠੀਕ ਹੈ ਜੀ। ਇਹ ਹੁਣ ਅਸੀਂ ਇਹਨੂੰ ਰਜਿਸਟੈਂਸ ਦਾ ਨਾਮ ਦੇਵਾਂਗੇ ਇਹ ਵਾਲੀ ਨੂੰ, ਠੀਕ ਹੈ। ਠੀਕ ਹੈ ਜੀ, ਸੇਮ ਇਹੀ ਚੀਜ਼ ਇਹ ਮੇਰੇ ਲਈ ਖਤਮ ਹੋ ਚੁੱਕੀ ਹੈ, ਠੀਕ ਹੈ। ਹੁਣ ਅਗਰ ਬਾਜ਼ਾਰ ਨੀਚੇ ਆ ਰਿਹਾ ਹੈਗਾ, ਠੀਕ ਹੈ, ਸਪੋਰਟ ਨੂੰ ਤੋੜ ਗਿਆ, ਸਪੋਰਟ ਨੂੰ ਤੋੜ ਕੇ ਅਗਲੀ ਵਾਰ ਇਹਨੂੰ ਰਜਿਸਟੈਂਸ ਦਾ ਕੰਮ ਕਰਨਾ ਚਾਹੀਦਾ ਸੀ, ਨਹੀਂ ਕੀਤਾ। ਸੇਮ ਇਹੀ ਚੀਜ਼ ਅਗਰ ਇੱਥੋਂ ਦੀ ਇਹ ਰਜਿਸਟੈਂਸ ਦਾ ਕੰਮ ਨਹੀਂ ਕਰ ਰਿਹਾ, ਠੀਕ ਹੈ, ਤਾਂ ਇਹ ਮੇਰੇ ਲਈ ਸਪੋਰਟ ਇਨਵੈਲਿਡ ਰਹੇਗੀ, ਮੇਰੇ ਲਈ ਨਵੀਂ ਸਪੋਰਟ ਇਹ ਕ੍ਰੀਏਟ ਹੋਗੀ। ਠੀਕ ਹੈ ਜੀ, ਹੁਣ ਅੱਜ ਦੇ ਜਿਹੜੇ ਚੈਪਟਰ ਹੈਗਾ ਇਹ ਲਾਸਟ ਸੀਗਾ, ਠੀਕ ਹੈ। ਅੱਜ ਅਸੀਂ ਤੁਸੀਂ ਕੀ ਕੀ ਸਮਝਿਆ ਹੈਗਾ, ਸਭ ਤੋਂ ਪਹਿਲਾਂ ਸਪੋਰਟ ਨੋਰਮਲ ਰੈਸਿਸਟੈਂਸ, ਨੋਰਮਲ, ਠੀਕ ਹੈ। ਫਿਰ ਸਪੋਰਟ ਜਿਹੜੀ ਸਮਝੀ ਹੈਗੀ ਹੈ ਐਡਵਾਂਸ, ਐਡਵਾਂਸ, ਔਰ ਫਿਰ ਉਸ ਤੋਂ ਬਾਅਦ ਸਪੋਰਟ ਜਿਹੜੀ ਸਮਝੀ ਹੈਗੀ ਹੈ ਸੁਪਰ ਐਡਵਾਂਸ, ਸੁਪਰ ਐਡਵਾਂਸ, ਬ੍ਰੇਕਆਊਟ, ਠੀਕ ਹੈ ਜੀ। ਇਸ ਤੋਂ ਬਾਅਦ ਬ੍ਰੇਕਆਊਟ ਹੋ ਗਿਆ, ਠੀਕ ਹੈ। ਉਸ ਤੋਂ ਬਾਅਦ ਜਿਹੜੀ ਆਹ ਨਿਊ ਸਪੋਰਟ ਔਰ ਨਿਊ ਰਜਿਸਟੈਂਸ ਇਹ ਵੀ ਸਮਝ ਆ ਗਈ ਕਿਹਨੂੰ ਅਸੀਂ ਅਨਵੈਲਿਡ ਕਰਨਾ ਹੈਗਾ, ਔਰ ਇਸ ਤੋਂ ਬਾਅਦ ਤੁਸੀਂ ਸਪੋਰਟ ਔਰ ਰਜਿਸਟੈਂਸ ਦੀ ਐਂਟਰੀ ਦਾ ਸਮਝ ਲਈ ਹੈ, ਔਰ ਕਿੱਥੇ ਐਂਟਰੀ ਨਹੀਂ ਕਰਨੀ ਤੁਹਾਨੂੰ ਇਹ ਵੀ ਨਾਲ ਸਮਝਾ ਦਿੱਤਾ ਹੋਇਆ, ਠੀਕ ਹੈ। ਔਰ ਇਸ ਸਾਰੇ ਦੀ ਕਲਾਸ ਤੁਹਾਨੂੰ ਮੈਂ ਆਪਣੇ ਉਸ ਚੈਨਲ 'ਤੇ ਅਪਲੋਡ ਕਰ ਦਾਂਗਾ ਤਾਂ ਕਿ ਤੁਹਾਡੇ ਕੋਲ ਨੋਟ ਬਣਦੇ ਰਹਿਣ, ਠੀਕ ਹੈ। ਔਰ ਉਸ ਤੋਂ ਬਾਅਦ ਤੁਸੀਂ ਕੈਂਡਲ ਦਾ ਕ੍ਰੋਸ ਓਵਰ, ਕੈਂਡਲ ਦਾ ਬ੍ਰੇਕਆਊਟ ਇਹ ਵੀ ਅੱਜ ਹੀ ਸਮਝਿਆ ਹੈਗਾ, ਠੀਕ ਹੈ ਜੀ। ਤਾਂ ਸਪੋਰਟ ਔਰ ਰਜਿਸਟੈਂਸ ਦੇ ਵਿੱਚ ਹੋਰੀਜ਼ੋਂਟਲ ਇੱਥੇ ਤੱਕ ਹੀ ਸੀਗਾ, ਇਹ ਜਿਹੜਾ ਵੀ ਤੁਹਾਨੂੰ ਸਮਝਾਇਆ ਗਿਆ ਹੈਗਾ ਇਹ ਵਰਟੀਕਲ ਸਮਝਾਇਆ ਗਿਆ ਇਸ ਤਰੀਕੇ ਨਾਲ, ਠੀਕ ਹੈ ਜੀ। ਇਸ ਤੋਂ ਬਾਅਦ ਇਸ ਤਰ੍ਹਾਂ ਦਾ ਇੱਕ ਚੈਪਟਰ ਹੋਰ ਹੈਗਾ ਟ੍ਰੈਂਡ ਲਾਈਨ ਬੇਸ, ਠੀਕ ਹੈ। ਸਾਰੀ ਟਰਮ ਐਂਡ ਕੰਡੀਸ਼ਨ ਸੇਮ ਰਹਿੰਦੀਆਂ, ਬਟ ਉਹਦੇ ਵਿੱਚ ਮਾਰਕੀਟ ਇਸ ਤਰੀਕੇ ਨਾਲ ਜਾਏਗੀ। ਹਜੇ ਤੁਹਾਨੂੰ ਮਾਰਕੀਟ ਇਸ ਤਰੀਕੇ ਨਾਲ ਸਮਝ ਆ ਰਹੀ ਹੈ, ਉਹਦੇ ਵਿੱਚ ਮਾਰਕੀਟ ਇਸ ਤਰ੍ਹਾਂ ਟੇਢੀ ਵੀ ਜਾ ਸਕਦੀ ਹੈ ਔਰ ਇਸ ਤਰ੍ਹਾਂ ਨੀਚੇ ਨੂੰ ਵੀ ਉਤਰ ਸਕਦੀ ਹੈ,
ਉਹ ਇੱਕ ਦਿਨ ਦੇ ਵਿੱਚ 99% ਸਮਝ ਆ ਜਾਏਗੀ, ਠੀਕ ਹੈ, ਟਰਮ ਐਂਡ ਕੰਡੀਸ਼ਨ ਇਹਦੀ ਔਰ ਉਹਦੀਆਂ ਸੇਮ ਰਹਿਣਗੀਆਂ, ਠੀਕ ਹੈ ਜੀ। ਚਲੋ ਫਿਰ ਅੱਜ ਦੀ ਕਲਾਸ ਓਵਰ ਕਰਦੇ ਹਾਂ, ਔਰ ਇਸ ਤਰੀਕੇ ਦੀਆਂ ਤੁਸੀਂ ਦੋਨਾਂ ਨੇ ਕਮ ਸੇ ਕਮ 10 ਲੱਭ ਕੇ ਲੈ ਆਇਓ, ਠੀਕ ਹੈ। ਸਾਰੀਆਂ ਮਤਲਬ ਕਿ ਤੁਸੀਂ ਮੰਨ ਕੇ ਚੱਲੋ ਐਡਵਾਂਸ ਤਾਂ ਤੁਹਾਨੂੰ ਬਹੁਤ ਟਾਈਮ ਪਹਿਲਾਂ ਹੀ ਲੱਭਦੀਆਂ ਹੋਈਆਂ, ਠੀਕ ਹੈ, ਸੁਪਰ ਐਡਵਾਂਸ ਔਰ ਐਡਵਾਂਸ ਇਹ ਦੋਨੋਂ ਲੱਭਣੀਆਂ, ਹਾਂਜੀ ਜ਼ੋਨ ਬਣਾਉਣਾ। ਤਾਂ ਜਦੋਂ ਤੁਹਾਨੂੰ ਜ਼ੋਨ ਕ੍ਰੀਏਟ ਕਰਨਾ ਆ ਜਾਏਗਾ ਫਿਰ ਉਸ ਤੋਂ ਅੱਗੇ ਦੀ ਸਾਨੂੰ ਚੈਟਿੰਗ ਸਮਝਾ ਦਾਂਗੇ ਕਿਸ ਤਰ੍ਹਾਂ ਕੀ ਕਰਨਾ ਹੈਗਾ, ਠੀਕ ਹੈ ਜੀ। ਚਲੋ ਓਕੇ ਜੀ, ਥੈਂਕ ਯੂ। ਥੋੜ੍ਹੀ ਬਹੁਤ ਤਾਂ ਸੀਗੀ ਵੈਸੇ ਦੇਖ ਦੇਖਣ ਪਤਾ ਕਿੱਥੋਂ ਮਿਲੇ।